ਲੈ ਕੇ ਹਾਜ਼ਰਾਂ ਜੀ ਅੱਜ ਦਾ ਮੁੱਦਾ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ, ਤੁਸੀਂ ਵੇਖ ਰਹੇ ਹੋ ਜਸ ਪੰਜਾਬੀ। ਸਾਰੇ ਦਰਸ਼ਕਾਂ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਮੰਚ ਦੇ ਉੱਤੇ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਉਹਨਾਂ ਸਾਰੇ ਭਗਦਿਆਂ ਮਸਲਿਆਂ ਨੂੰ ਲੈ ਕੇ ਆਉਂਦੇ ਹਾਂ ਜੋ ਕਿ ਇੰਟਰਨੈਸ਼ਨਲ ਪੱਧਰ 'ਤੇ ਡਾਇਲੋਗ ਬਣੇ ਹੋਏ ਹਨ। ਜਦ ਡਾਇਲੋਗ ਦੀ ਗੱਲ ਹੁੰਦੀ ਹੈ ਤਾਂ ਫਿਰ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨਾਂ ਸਾਰੇ ਮਸਲਿਆਂ ਦੇ ਉੱਤੇ ਵਿਚਾਰ ਵਟਾਂਦਰਾ ਕਰੀਏ। ਇਸ ਗੱਲ ਦੇ ਵਿੱਚ ਕੋਈ ਦਰਾਵਾ ਨਹੀਂ ਕਿ ਹੁਣ ਦੋ ਦਿਨ ਪਹਿਲਾਂ ਜੋ ਖਬਰ ਸਾਹਮਣੇ ਆ ਰਹੀ ਸੀਗੀ ਕੀ ਬਣੂਗਾ ਪੰਜਾਬ ਦਾ, ਅਤੇ ਹੁਣ ਉਹਦੇ ਉੱਤੇ ਅਪਡੇਟ ਅੱਜ ਅਸੀਂ ਤੁਹਾਨੂੰ ਦੇਵਾਂਗੇ ਔਰ ਤੁਹਾਡੇ ਤਰਕ ਪ੍ਰਤੀਕਰਮ ਵੀ ਅਸੀਂ ਜ਼ਰੂਰ ਲਵਾਂਗੇ। ਲੋਕ ਸਭਾ ਚੋਣਾਂ ਨੂੰ ਲੈ ਕੇ ਅਸੀਂ ਤੁਹਾਨੂੰ ਪਲ ਪਲ ਦੀ ਜਾਣਕਾਰੀ ਜ਼ਰੂਰ ਦਿੱਤੀ ਔਰ ਉਹਨਾਂ ਸਾਰੇ ਸਿਆਸਤਦਾਨ ਨਾਲ ਵੀ ਤੁਹਾਨੂੰ ਅਸੀਂ ਮੁਖਾਤਿਬ ਕਰਵਾਇਆ। ਲੇਕਿਨ ਹੁਣ ਹਾਲ ਫਿਲਹਾਲ ਦੇ ਵਿੱਚ ਕੀ ਕੁਝ ਜਾਣਕਾਰੀ ਸਾਨੂੰ ਪੰਜਾਬ ਤੋਂ ਮਿਲ ਰਹੀ ਹੈ ਉਹ ਅੱਜ ਅਸੀਂ ਇਸ ਮੰਚ ਦੇ ਉੱਤੇ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦੇ ਹਾਂ। ਹਾਲ ਫਿਲਹਾਲ ਦੇ ਵਿੱਚ ਜਿਹੜੀ ਚਰਚਾ ਦਾ ਵਿਸ਼ਾ ਇਸ ਟਾਈਮ ਪੰਜਾਬ ਦੇ ਵਿੱਚ ਜਿਹੜੀਆਂ ਸੀਟਾਂ ਬਣੀਆਂ ਹੋਈਆਂ ਹਨ ਉਹ ਗੁਰਦਾਸਪੁਰ, ਖਡੂਰ ਸਾਹਿਬ, ਫਿਰੋਜ਼ਪੁਰ ਅਤੇ ਬਠਿੰਡਾ। ਔਰ ਜਦ ਮੈਂ ਫਿਰੋਜ਼ਪੁਰ ਦੀ ਗੱਲ ਕਰਦਾ ਅਤੇ ਬਠਿੰਡਾ ਦੀ ਗੱਲ ਕਰਦਾ ਅਤੇ ਮੀਆਂ ਅਤੇ ਬੀਵੀ ਦੀ ਜਿਹੜੀ ਜੋੜੀ ਹੈ ਉਹ ਮੈਦਾਨ ਦੇ ਵਿੱਚ ਉਤਰੀ ਹੋਈ ਹੈ। ਜੀ ਹਾਂ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਜੋ ਕਿ ਫਿਰੋਜ਼ਪੁਰ ਤੋਂ ਲੜ ਰਹੇ ਹਨ ਔਰ ਉੱਥੇ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ। ਖਬਰ ਆਈ ਹੈ ਕਿ ਹੁਣ ਸੀਟ ਗਰਮ ਹੋਣ ਦੇ ਨਾਲ ਨਾਲ ਸੱਟਾ ਬਾਜ਼ਾਰ ਦੇ ਵਿੱਚ ਵੀ ਆਵਾਜ਼ ਬੁਲੰਦ ਕਰਦੀ ਹੋਈ ਨਜ਼ਰ ਆ ਰਹੀ ਹੈ। ਸੱਟਾ ਬਾਜ਼ਾਰ ਕਹਿੰਦਾ ਹੈ ਕਿ ਫਿਰੋਜ਼ਪੁਰ ਦੀ ਸੀਟ ਦੇ ਉੱਤੇ ਪੂਰਾ ਅਕਾਲੀ ਦਲ ਘਰ ਘਰ ਜਾ ਕੇ ਕੈਂਪੇਨਿੰਗ ਕਰ ਰਿਹਾ ਅਤੇ ਨਾਲੇ ਉੱਥੇ ਜਦ ਮੈਂ ਬਠਿੰਡੇ ਦੀ ਗੱਲ ਕਰਦਾ ਤਾਂ ਰਾਜਾ ਵੜਿੰਗ, ਕਾਂਗਰਸ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ, ਪ੍ਰੋਫੈਸਰ ਬਲਜਿੰਦਰ ਕੌਰ ਆਮ ਆਦਮੀ ਪਾਰਟੀ ਤੋਂ ਅਤੇ ਉੱਥੇ ਦੂਜੇ ਪਾਸੇ ਸੁਖਪਾਲ ਖਹਿਰਾ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਤੋਂ ਜੋ ਕਿ ਮੈਦਾਨ ਦੇ ਉੱਤੇ ਹਨ। ਲੇਕਿਨ ਹੁਣ ਸੱਟਾ ਬਾਜ਼ਾਰ ਵੀ ਪੂਰਾ ਗਰਮ ਨਜ਼ਰ ਆ ਰਿਹਾ ਅਤੇ ਨਾਲੇ ਤੁਹਾਨੂੰ ਇਹ ਵੀ ਦੱਸ ਦੇਵਾਂ, ਇਹ ਜਾਣਕਾਰੀ ਵੀ ਦੇ ਦੇਵਾਂ, ਬਠਿੰਡੇ ਦੇ ਵਿੱਚ ਲਗਭਗ 1,000 ਕਰੋੜ ਦੀ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਇਸ ਟਾਈਮ ਸ਼ਰਤਾਂ ਹਨ 1,000 ਕਰੋੜ ਦੀ ਬਠਿੰਡੇ ਸੀਟ ਦੇ ਉੱਤੇ ਲੱਗ ਚੁੱਕੀਆਂ ਹਨ। ਇਹ ਔਥੈਂਟਿਸਿਟੀ ਜਸ ਪੰਜਾਬੀ ਇਸ ਦੇ ਉੱਤੇ ਨਹੀਂ ਦਿੰਦਾ, ਲੇਕਿਨ ਅਫਵਾਹਾਂ ਦਾ ਬਾਜ਼ਾਰ ਔਰ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਦੇ ਉੱਤੇ ਇਹ ਅਫਵਾਹਾਂ ਦਾ ਬਾਜ਼ਾਰ ਜ਼ਰੂਰ ਗਰਮ ਹੈ। ਤਨਾੜੇ ਸ਼ੇਰ ਸਿੰਘ ਘੁਬਾਇਆ ਪੂਰੀ ਕੋਸ਼ਿਸ਼ ਕਰ ਰਹੇ ਹਨ ਆਪਣੇ ਆਪ ਨੂੰ ਉੱਥੋਂ ਦੀ ਜਿਤਾਉਣ ਦੀ, ਲੇਕਿਨ ਕੋਈ ਵੀ ਲੀਡਰ ਕਾਂਗਰਸ ਪਾਰਟੀ ਦਾ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਿਹਾ ਸ਼ੇਰ ਸਿੰਘ ਘੁਬਾਇਆ ਦੀ ਹਿਮਾਇਤ ਕਰਦੇ ਹੋਏ। ਸਿਰਫ ਅਖਬਾਰਾਂ ਦੇ ਉੱਤੇ ਸਾਰੇ ਸੀਨੀਅਰ ਲੀਡਰਸ ਦੇ ਕਾਂਗਰਸ ਦੇ ਬਿਆਨ ਆ ਰਹੇ ਹਨ ਔਰ ਏਸੀ ਰੂਮ ਦੇ ਵਿੱਚ ਲਿਖੇ ਹੋਏ ਬਿਆਨ ਜੋ ਕਿ ਅਖਬਾਰ ਛਾਪ ਰਿਹਾ ਹੈ ਉਹ ਸੀਨੀਅਰ ਲੀਡਰਸ ਕਾਂਗਰਸ ਪਾਰਟੀ ਦੇ ਜ਼ਮੀਨੀ ਪੱਧਰ ਦੇ ਉੱਤੇ ਫਿਰੋਜ਼ਪੁਰ ਦੇ ਵਿੱਚ ਨਹੀਂ ਵੇਖਣ ਨੂੰ ਮਿਲ ਰਹੇ। ਅਤੇ ਹੁਣ ਕਹਿਣ ਦਾ ਭਾਵ ਹੈ ਕਿ ਸ਼ੇਰ ਸਿੰਘ ਘੁਬਾਇਆ ਦਾ ਕੀ ਬਣੂਗਾ। ਇਹ ਤਾਂ ਫਿਰੋਜ਼ਪੁਰ ਸੀਟ ਦੇ ਜਿਹੜੇ ਮਸਲੇ ਹਨ, ਫਿਰੋਜ਼ਪੁਰ ਸੀਟ ਦੇ ਜਿਹੜੇ ਮੁੱਦੇ ਹਨ ਉਹਨਾਂ ਦੇ ਉੱਤੇ ਸ਼ੇਰ ਸਿੰਘ ਘੁਬਾਇਆ ਅਤੇ ਸੁਖਬੀਰ ਬਾਦਲ ਦੋਵੇਂ ਮੈਦਾਨ ਦੇ ਉੱਤੇ ਉਤਰੇ ਹੋਏ ਹਨ ਔਰ ਕੀ ਕੀ ਮਸਲੇ ਔਰ ਮੁੱਦੇ ਲੈ ਕੇ ਜਾ ਰਹੇ ਹਨ ਔਰ ਜਨਤਾ ਦੀ ਕਚਹਿਰੀ ਦੇ ਵਿੱਚ ਸੱਥ ਦੇ ਉੱਤੇ ਕੀ ਕੁਝ ਸੁਣਨ ਨੂੰ ਮਿਲ ਰਿਹਾ ਉਹਦੀ ਜਾਣਕਾਰੀ ਵੀ ਮੈਂ ਤੁਹਾਨੂੰ ਦੇ ਦੇਵਾਂ। ਸ਼ੇਰ ਸਿੰਘ ਘੁਬਾਇਆ ਜੋ ਕਿ ਸ਼੍ਰੋਮਣੀ ਅਕਾਲੀ ਦਲ ਤੋਂ 2 ਵਾਰੀ ਉੱਥੋਂ ਦੀ ਜਿੱਤੇ, ਹੁਣ ਹਾਲ ਫਿਲਹਾਲ ਦੇ ਵਿੱਚ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹਨ। ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਹਨ ਉਹ ਹਾਲ ਫਿਲਹਾਲ ਦੇ ਵਿੱਚ ਸ਼ੇਰ ਸਿੰਘ ਘੁਬਾਇਆ ਦੇ ਨਾਲ ਚੱਲਦੇ ਹੋਏ ਨਜ਼ਰ ਆ ਰਹੇ ਹਨ, ਲੇਕਿਨ ਸੀਡਰ ਜਿਹੜੇ ਸੀਨੀਅਰ ਲੀਡਰ ਹਨ ਉਹ ਅਲੋਪ ਹਨ, ਉਹ ਨਜ਼ਰ ਕਿੱਥੇ ਨਹੀਂ ਆ ਰਹੇ। ਅਤੇ ਨਾਲੇ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇ ਦੇਵਾਂ ਕਿ ਜਿੱਥੇ ਬਠਿੰਡੇ ਦੇ ਵਿੱਚ ਰਾਜਾ ਵੜਿੰਗ ਅਤੇ ਹਰਸਿਮਰਤ ਕੌਰ ਬਾਦਲ, ਪ੍ਰੋਫੈਸਰ ਬਲਜਿੰਦਰ ਕੌਰ ਅਤੇ ਸੁਖਪਾਲ ਖਹਿਰਾ ਜੋ ਕਿ ਮੈਦਾਨ ਦੇ ਉਤਰੇ ਹੋਏ ਹਨ ਉਹਨਾਂ ਨੇ ਵੀ ਆਪਣੀ ਤਿਆਰੀ ਖਿੱਚ ਕੇ ਰੱਖੀ ਹੋਈ ਹੈ ਪੂਰੀ। ਔਰ ਜਦ ਮੈਂ ਬਠਿੰਡੇ ਸੀਟ ਦੀ ਗੱਲ ਕਰਦਾ ਤਾਂ ਖਬਰ ਇਹ ਮਿਲਦੀ ਹੈ ਕਿ 5,000 ਵੋਟਾਂ, ਇੱਕ ਵੋਟ ਜਿਹੜੀ ਹੈ ਖਰੀਦੀ ਜਾ ਸਕਦੀ ਹੈ। ਤੁਹਾਨੂੰ ਵੀ ਪਤਾ ਕਿ ਵੋਟ ਲੈਣੀ ਅਤੇ ਖਰੀਦਣੀ
ਭਾਰਤ ਦੀ ਡੈਮੋਕ੍ਰੇਸੀ ਦਾ ਹਿੱਸਾ ਕਿਵੇਂ ਬਣੀ ਹੈ ਇਹਨੂੰ ਅਸੀਂ ਚੰਗੇ ਤਰੀਕੇ ਨਾਲ ਜਾਣਦੇ ਹਾਂ। ਹਰਸਿਮਰਤ ਕੌਰ ਬਾਦਲ ਲਈ ਇਹ ਆਸਾਨੀ ਹੋ ਸਕਦੀ ਹੈ ਕਿਉਂਕਿ ਉਹ ਪਹਿਲਾਂ ਵੀ ਉੱਥੋਂ ਦੀ MP ਚੁਣ ਕੇ ਆਏ ਹਨ, ਲੇਕਿਨ ਰਾਜਾ ਵੜਿੰਗ ਵੀ ਕੋਈ ਕਮੀ ਜਿਹੜੀ ਹੈ ਉਹ ਨਹੀਂ ਛੱਡ ਰਹੇ। ਉਹਨਾਂ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਉਹ ਵੀ ਮੈਦਾਨ ਦੇ ਉੱਤੇ ਉਤਰ ਕੇ ਰਾਜਾ ਵੜਿੰਗ ਲਈ ਚੋਣ ਪ੍ਰਚਾਰ ਕਰ ਰਹੇ ਹਨ। ਅਤੇ ਉੱਥੇ ਹੀ ਬਠਿੰਡਾ ਦਿਹਾਤੀ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਉਹਨਾਂ ਨੂੰ ਵੀ ਸ਼ਾਮਲੀ ਦਾ ਬਹੁਤ ਸਾਰੇ ਉਹਨਾਂ ਦੇ ਲਈ ਜਿਹੜੇ ਮਸਲੇ ਸੀਗੇ ਖੁੱਲ੍ਹ ਕੇ ਸਾਹਮਣੇ ਆਏ ਸੀਗੇ, ਉਹਨਾਂ ਨੂੰ ਵੀ ਕਾਫੀ ਸਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀਗਾ ਜਦੋਂ ਨੋਮੀਨੇਸ਼ਨ ਫਾਈਲ ਕਰਨ ਗਏ ਸੀਗੇ। ਲੇਕਿਨ ਸੁਖਪਾਲ ਖਹਿਰਾ ਵੀ ਮੈਦਾਨ ਦੇ ਉੱਤੇ ਹਨ, ਔਰ ਜਦ ਸੁਖਪਾਲ ਖਹਿਰਾ ਦੀ ਮੈਂ ਗੱਲ ਕਰਦਾ ਤਾਂ ਹਾਲ ਫਿਲਹਾਲ ਦੇ ਵਿੱਚ ਪੰਜਾਬ ਡੈਮੋਕ੍ਰੈਟਿਕ ਅਲਾਈਂਸ ਉਹਨਾਂ ਨੇ ਬਣਾਇਆ ਜਿਹਦੇ ਉਹ ਐਡਹੋਕ ਵੀ ਹਨ, ਉਹ ਵੀ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਹਨ। ਲੇਕਿਨ ਸੱਟਾ ਬਾਜ਼ਾਰ ਜਿਹੜਾ ਹੈ ਉਹ ਪੂਰਾ ਗਰਮ ਹੈ। ਹੁਣ ਮੈਂ ਅਗਰ ਗੁਰਦਾਸਪੁਰ ਚਲੇ ਜਾਵਾਂ ਤਾਂ ਗੁਰਦਾਸਪੁਰ ਦੇ ਵਿੱਚ ਸੰਨੀ ਦਿਓਲ ਅਤੇ ਸੁਨੀਲ ਜਾਖੜ, ਅੱਛਾ ਮੈਂ ਇੱਕ ਜਾਣਕਾਰੀ ਹੋਰ ਵੀ ਦਰਸ਼ਕਾਂ ਨੂੰ ਦੇਣਾ ਚਾਹੁੰਦਾ, ਕਈ ਪਾਰਟੀਆਂ ਦੇ ਜਿਹੜੇ ਪ੍ਰਧਾਨ ਹਨ ਉਹ ਖੁਦ ਆਪ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਉਤਰੇ ਹਨ। ਮਿਸਾਲ ਦੇ ਤੌਰ 'ਤੇ ਸੁਖਬੀਰ ਬਾਦਲ ਫਿਰੋਜ਼ਪੁਰ ਤੋਂ, ਸੁਨੀਲ ਜਾਖੜ ਗੁਰਦਾਸਪੁਰ ਤੋਂ। ਉਹਦੇ ਬਾਅਦ ਜਦ ਅਸੀਂ ਗੱਲ ਕਰਦੇ ਹਾਂ ਭਗਵੰਤ ਮਾਨ ਦੀ ਤਾਂ ਉਹ ਸੰਗਰੂਰ ਤੋਂ, ਪੰਜਾਬ ਡੈਮੋਕ੍ਰੈਟਿਕ ਅਲਾਈਂਸ ਦੇ ਪ੍ਰਧਾਨ ਸੁਖਪਾਲ ਖਹਿਰਾ, ਅਤੇ ਇਹ ਉਸ ਤੋਂ ਬਾਅਦ ਜਦ ਮੈਂ ਲੋਕ ਇਨਸਾਫ ਪਾਰਟੀ ਦੀ ਗੱਲ ਕਰ ਲਵਾਂ ਅਤੇ ਸਿਮਰਜੀਤ ਸਿੰਘ ਬੈਂਸ ਲੁਧਿਆਣੇ ਤੋਂ। ਅਤੇ ਪ੍ਰਧਾਨਾਂ ਨੂੰ ਮੈਦਾਨ ਦੇ ਵਿੱਚ ਉਤਰਨਾ ਪੈ ਰਿਹਾ ਹੈ। ਪ੍ਰਧਾਨਗੀ ਕਿਹਦੇ ਕੋਲ ਆਏਗੀ ਇਹ ਹਜੇ ਨਹੀਂ ਪਤਾ, ਲੇਕਿਨ ਇਹ ਵੀ 23 ਮਈ ਨੂੰ ਪਤਾ ਸਾਨੂੰ ਚੱਲ ਜਾਏਗਾ। ਲੇਕਿਨ ਖਡੂਰ ਸਾਹਿਬ ਲੋਕ ਸਭਾ ਕੌਂਸਟੀਚੁਐਂਸੀ ਦੇ ਉੱਤੇ ਕੀ ਕੁਝ ਵੇਖਣ ਨੂੰ ਮਿਲੇਗਾ, ਇੱਕ ਇਹ ਵੀ ਵੱਡਾ ਸਵਾਲ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਬੀਬੀ ਜਗੀਰ ਕੌਰ, ਪੰਜਾਬ ਡੈਮੋਕ੍ਰੈਟਿਕ ਅਲਾਈਂਸ ਤੋਂ ਬੀਬੀ ਪਰਮਜੀਤ ਕੌਰ ਖਾਲੜਾ, ਇਹਨਾਂ ਦੇ ਵਿੱਚ ਟੱਕਰ ਜਿਹੜੀ ਹੈ ਉਹ ਮੰਨੀ ਜਾ ਰਹੀ ਹੈ। ਸਿੱਖ ਡਾਇਸਪੋਰਾ ਜ਼ਰੂਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਪੋਰਟ ਕਰਦੇ ਹੋਏ ਨਜ਼ਰ ਆ ਰਹੇ ਹਨ, ਲੇਕਿਨ ਹਾਲ ਫਿਲਹਾਲ ਦੇ ਵਿੱਚ ਖਡੂਰ ਸਾਹਿਬ ਦੀ ਸੀਟ ਸਿੱਖ ਡਾਇਸਪੋਰਾ ਜ਼ਰੂਰ ਚਾਹੁੰਦਾ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਦੇ ਵਿੱਚ ਜਾਵੇ। ਉਹਨਾਂ ਦੇ ਹਸਬੈਂਡ, ਉਹਨਾਂ ਦੇ ਪਤੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਕੌਮ ਨੂੰ ਬਹੁਤ ਵੱਡੀ ਦੇਣ ਹੈ, ਜਿਨ੍ਹਾਂ ਨੇ ਮਾਨਵ ਅਧਿਕਾਰਾਂ ਦੇ ਲਈ ਪੰਜਾਬ ਦੇ ਵਿੱਚ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਔਰ ਸ਼ਹੀਦ ਵੀ ਹੋਏ। ਅੱਜ ਸਿੱਖ ਡਾਇਸਪੋਰਾ ਇਹ ਕਹਿੰਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਕਿ ਇਸ ਪਰਿਵਾਰ ਨੂੰ ਮਦਦ ਕਰਨੀ ਚਾਹੀਦੀ ਹੈ, ਔਰ ਜੇਕਰ ਪੰਜਾਬ ਦੇ ਮਸਲਿਆਂ ਨੂੰ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਕੋਈ ਉਠਾ ਸਕਦਾ, ਔਰ ਜੇਕਰ ਪੰਜਾਬੀਆਂ ਦੇ ਕੋਈ ਮਸਲਿਆਂ ਨੂੰ, ਪੰਜਾਬ ਦੇ ਕੋਈ ਮਸਲਿਆਂ ਨੂੰ ਉਠਾ ਸਕਦਾ, ਤਾਂ ਉਹ ਬੀਬੀ ਪਰਮਜੀਤ ਕੌਰ ਖਾਲੜਾ ਜ਼ਰੂਰ ਉਠਾ ਸਕਦੀ ਹੈ। ਭਾਵੇਂ ਉਹ ਪਾਣੀਆਂ ਦਾ ਮੁੱਦਾ ਹੋਵੇ, ਭਾਵੇਂ ਉਹ ਮੁੱਦਾ ਨਸ਼ਾ ਦਾ ਹੋਵੇ, ਰੋਜ਼ਗਾਰ ਦਾ ਹੋਵੇ, ਭਾਵੇਂ ਉਹ ਲੈਂਡ ਮਾਫੀਆ ਦਾ ਹੋਵੇ, ਸੈਂਡ ਮਾਫੀਆ ਦਾ ਹੋਵੇ, ਔਰ ਭਾਵੇਂ ਉਸ ਆਬੋ ਹਵਾ ਦੇ ਵਿੱਚ ਖੁੱਲ੍ਹੀ ਸਾਹ ਲੈਣ ਦਾ ਹੋਵੇ, ਤਾਂ ਉਹ ਬੀਬੀ ਪਰਮਜੀਤ ਕੌਰ ਖਾਲੜਾ ਦੁਆਰਾ ਪਾਰਲੀਮੈਂਟ ਦੇ ਵਿੱਚ ਪਹੁੰਚਾਈ ਜਾ ਸਕਦੀ ਹੈ। ਹੁਣ ਮੈਂ ਵਾਪਸ ਗਰਮ ਸੀਟ ਦੇ ਉੱਤੇ ਆਉਣਾ ਚਾਹੁੰਦਾ। ਇਹ ਗਰਮ ਸੀਟ ਨਹੀਂ ਜਿਹਦੇ ਉੱਤੇ ਮੈਂ ਬੈਠਿਆ ਹੋਇਆ, ਉਹਨੂੰ ਹੌਟ ਸੀਟ ਨਹੀਂ, ਹੌਟ ਸੀਟ ਹਾਲ ਫਿਲਹਾਲ ਦੇ ਵਿੱਚ ਜਿਹੜੀ ਆ ਉਹ ਬਠਿੰਡੇ ਦੇ ਵਿੱਚ ਬਣੀ ਹੋਈ ਆ ਔਰ ਫਿਰੋਜ਼ਪੁਰ ਦੇ ਵਿੱਚ ਬਣੀ ਹੋਈ ਹੈ। ਫਿਰੋਜ਼ਪੁਰ ਦੇ ਵਿੱਚ ਤਾਂ ਕਈਆਂ ਨੇ ਇਹ ਵੀ ਅਨੁਮਾਨ ਲਗਾਤਾ ਕਿ ਇੱਕ ਤਰਫਾ ਜਿੱਤ ਹੈ ਸੁਖਬੀਰ ਬਾਦਲ ਦੀ, ਕਿਉਂਕਿ ਪਾਰਟੀ ਦੇ ਜਿੰਨੇ ਵੀ ਵਰਕਰ ਹਨ, ਪਾਰਟੀ ਦੇ ਜਿੰਨੇ ਵੀ ਆਗੂ ਹਨ, ਉਹ ਫਿਰੋਜ਼ਪੁਰ ਡੇਰਾ ਜਮਾ ਚੁੱਕੇ ਹਨ, ਘਰ ਘਰ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਹਨ। ਲੇਕਿਨ ਜਿਹੜੇ ਪੋਲੀਟੀਕਲ ਪੰਡਿਤ ਹਨ ਉਹ ਇਹ ਵੀ ਕਹਿੰਦੇ ਹਨ ਕਿ ਬਠਿੰਡੇ ਸੀਟ ਦੇ ਉੱਤੇ ਰਾਜੇ ਵੜਿੰਗ ਨੂੰ ਉਹਦਾ ਪੋਲੀਟੀਕਲ ਕਰੀਅਰ ਨੂੰ ਖਤਮ ਕਰਨ ਦੇ ਲਈ ਉਤਾਰਿਆ ਗਿਆ। ਲੇਕਿਨ ਗਰਾਊਂਡ ਲੈਵਲ ਦੇ ਵਿੱਚ ਬਠਿੰਡੇ ਦੇ ਵਿੱਚ ਇਸ ਟਾਈਮ ਕੌਣ ਹਾਵੀ ਹੈ, ਔਰ ਬਠਿੰਡੇ ਦੇ ਵਿੱਚ
ਸੁਖਪਾਲ ਖਹਿਰਾ ਜਿਨ੍ਹਾਂ ਦੇ ਉੱਤੇ ਪੰਜਾਬੀਆਂ ਨੇ ਐਤਬਾਰ ਕੀਤਾ ਜਦ ਉਹ ਆਮ ਆਦਮੀ ਪਾਰਟੀ ਦੇ ਵਿੱਚ ਵਿਰੋਧੀ ਧਿਰ ਦੇ ਵਜੋਂ ਆਪਣੀ ਭੂਮਿਕਾ ਨਿਭਾਉਂਦੇ ਸੀਗੇ, ਲੇਕਿਨ ਜਦ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦੇ ਮਤਭੇਦ ਹੋਏ, ਜਦ ਉਹਨਾਂ ਨੇ ਆਪਣੀ ਆਪ ਦੀ ਪੰਜਾਬ ਡੈਮੋਕ੍ਰੇਟਿਕ ਅਲਾਈਅੰਸ ਜਿਹਨੂੰ ਅਸੀਂ ਪੰਜਾਬ ਏਕਤਾ ਪਾਰਟੀ ਕਹਿੰਦੇ ਹਾਂ, ਉਹਦੇ ਜਦ ਉਹ ਪ੍ਰਧਾਨ ਬਣੇ, ਐਡਹੋਕ ਬਣੇ, ਤਾਂ ਉਹਨਾਂ ਨੇ ਬਠਿੰਡੇ ਤੋਂ ਲੜਨ ਦਾ ਫੈਸਲਾ ਦਿੱਤਾ। ਉਹਨਾਂ ਨੇ ਕਿਹਾ ਸੀਗਾ ਕਿ ਮੈਂ ਬੀਬੀ ਹਰਸਿਮਰਤ ਕੌਰ ਬਾਦਲ ਦੇ ਸਾਹਮਣੇ ਲੜਨਾ ਚਾਹੁੰਦਾ, ਯਾਨੀ ਕਿ ਮੇਰੀ ਜਿਹੜੀ ਲੜਾਈ ਹੈ ਉਹ ਬਾਦਲਾਂ ਨਾਲ ਹੈ। ਲੇਕਿਨ ਹੁਣ ਬਠਿੰਡੇ ਦੇ ਵਿੱਚ ਰਹਿੰਦੇ ਜਿਹੜੇ ਵੋਟਰ ਹਨ ਉਹ ਕੀ ਸੋਚਦੇ ਹਨ, ਕੀ ਪੈਸਾ ਚੱਲੂਗਾ, ਕੀ ਜਜ਼ਬਾਤ ਚੱਲਣਗੇ, ਕੀ ਪੰਜਾਬੀਅਤ ਚੱਲੇਗੀ, ਕੀ ਪੰਜਾਬ ਦੇ ਮਸਲੇ ਚੱਲਣਗੇ, ਇਹ ਅਸੀਂ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਹਾਲ ਫਿਲਹਾਲ ਦੇ ਵਿੱਚ ਬਠਿੰਡੇ ਦੇ ਵਿੱਚ ਕੀ ਕੁਝ ਵੇਖਣ ਨੂੰ ਸਾਨੂੰ ਮਿਲ ਰਿਹਾ ਹੈ। ਮੈਂ ਫਿਲਹਾਲ ਇੱਕ ਬ੍ਰੇਕ ਲਈ ਰੁਕ ਰਿਹਾ, ਜਦ ਬ੍ਰੇਕ ਤੋਂ ਬਾਅਦ ਆਵਾਂਗੇ ਤਾਂ ਮੇਰੇ ਨਾਲ ਇੱਕ ਸੀਨੀਅਰ ਜਰਨਲਿਸਟ ਜੁੜਨਗੇ ਬਠਿੰਡੇ ਤੋਂ, ਜੋ ਕਿ ਪੂਰੀ ਜਾਣਕਾਰੀ ਰੱਖਦੇ ਹਨ ਬਠਿੰਡੇ ਸੀਟ ਦੀ। ਲਗਭਗ 15-20 ਸਾਲ ਤੋਂ ਉਹ ਪੱਤਰਕਾਰਿਤਾ ਦੇ ਵਿੱਚ ਬਠਿੰਡੇ ਦੀ ਪਲ ਪਲ ਜਾਣਕਾਰੀ ਕਈ ਅਹਿਮ ਨਿਊਜ਼ ਪੇਪਰਸ ਨੂੰ ਅਤੇ ਕਈ ਅਹਿਮ ਇਲੈਕਟ੍ਰੋਨਿਕ ਮੀਡੀਆ ਨੂੰ ਦਿੰਦੇ ਹੋਏ ਨਜ਼ਰ ਆਏ ਹਨ। ਕੀ ਕੁਝ ਜਾਣਕਾਰੀ ਉਹਨਾਂ ਦੇ ਕੋਲ ਹੈ? ਰਾਜਾ ਵੜਿੰਗ ਵਰਸਿਸ ਹਰਸਿਮਰਤ ਕੌਰ ਬਾਦਲ ਵਰਸਿਸ ਪ੍ਰੋਫੈਸਰ ਬਲਜਿੰਦਰ ਕੌਰ ਵਰਸਿਸ ਸੁਖਪਾਲ ਖਹਿਰਾ, ਕਿੱਦਾਂ ਹੋਊਗਾ ਬਠਿੰਡਾ ਔਰ ਕਿੱਦਾਂ ਹੋਊਗਾ ਪੰਜਾਬ? ਕਰਾਂਗੇ ਅੱਜ ਦਾ ਮੁੱਦਾ ਇਸ ਮਸਲੇ ਦੇ ਉੱਤੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਆਪਾਂ ਗੱਲ ਕਰ ਰਹੇ ਸੀਗੇ ਬਠਿੰਡੇ ਦੀ ਔਰ ਬਠਿੰਡੇ ਦੇ ਵਿੱਚ ਇਸ ਟਾਈਮ ਕੀ ਕੁਝ ਮਾਹੌਲ ਵੇਖਣ ਨੂੰ ਮਿਲ ਰਿਹਾ ਅਤੇ ਨਾਲੇ ਸੱਟਾ ਬਾਜ਼ਾਰ ਜਿਹੜਾ ਗਰਮ ਹੋਇਆ ਪਿਆ ਔਰ ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਹਨ ਕਿ ਪਰ ਵੋਟ ਜਿਹੜੀ ਹੈ ਉਹ 2,000, 3,000, 5,000 ਤੱਕ ਖਰੀਦੀ ਜਾ ਸਕਦੀ ਹੈ। ਕੀ ਇਸ ਗੱਲ ਦੇ ਉੱਤੇ ਸੱਚਾਈ ਹੈ? ਸ਼੍ਰੋਮਣੀ ਅਕਾਲੀ ਦਲ ਕਿੰਨੇ ਬੈਕਫੁੱਟ 'ਤੇ ਆਇਆ ਬੇਅਦਬੀ ਮਾਮਲਿਆਂ ਤੋਂ ਬਾਅਦ? ਓਪੀਨੀਅਨ ਪੋਲ ਜਿਹੜਾ ਹਾਲ ਫਿਲਹਾਲ ਦੇ ਵਿੱਚ ਜਿਹੜਾ ਇਸ ਟਾਈਮ ਮਾਹੌਲ ਬਣਿਆ ਹੋਇਆ, ਰਾਜਾ ਵੜਿੰਗ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਹਨ ਬੀਬੀ ਹਰਸਿਮਰਤ ਕੌਰ ਬਾਦਲ ਤੋਂ, ਉਹ ਤੋਂ ਬਾਅਦ ਸੁਖਪਾਲ ਖਹਿਰਾ, ਉਹ ਤੋਂ ਬਾਅਦ ਪ੍ਰੋਫੈਸਰ ਬਲਜਿੰਦਰ ਕੌਰ। ਲੇਕਿਨ ਜ਼ਮੀਨੀ ਪੱਧਰ 'ਤੇ ਕੀ ਹਾਲਾਤ ਨੇ ਉਹਦੀ ਜਾਣਕਾਰੀ ਅਸੀਂ ਲੈ ਲੈਂਦੇ ਹਾਂ। ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਹਨ ਸੀਨੀਅਰ ਜਰਨਲਿਸਟ ਅਮਿਤ ਸ਼ਰਮਾ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕੀ ਕੁਝ ਮਾਹੌਲ ਵੇਖਣ ਨੂੰ ਮਿਲ ਰਿਹਾ ਬਠਿੰਡੇ ਦੇ ਵਿੱਚ। ਅਮਿਤ, ਸਭ ਤੋਂ ਪਹਿਲਾਂ ਸਵਾਲ ਮੇਰਾ ਇਹ ਬਣਦਾ, ਕਿੱਥੇ ਖੜੀ ਹੈ ਬੀਬੀ ਅਤੇ ਕਿੱਥੇ ਖੜਿਆ ਰਾਜਾ? ਹਰਕੀਰਤ, ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਗੱਲ ਕੀਤੀ ਜਾਵੇ ਤਾਂ ਜਿੱਦਾਂ ਕਿਆਪਰੀਆਂ ਲਾਈ ਜਾ ਰਹੀਆਂ ਸੀ, ਪਹਿਲਾਂ ਵੀ ਕਾਂਗਰਸ ਨੇ ਜਿਹੜਾ ਕੈਂਡੀਡੇਟ ਐਲਾਨ ਦਿੱਤਾ ਰਾਜਾ ਵੜਿੰਗ, ਤਾਂ ਅਕਾਲੀ ਦਲ ਦੀ ਅਨਾਊਂਸਮੈਂਟ ਨਹੀਂ ਹੋਈ ਸੀ, ਤਾਂ ਜਦੋਂ ਹਰਸਿਮਰਤ ਕੌਰ ਦੀ ਅਨਾਊਂਸਮੈਂਟ ਹੋਗੀ ਕਿ ਕੈਂਡੀਡੇਟ ਹੋਣਗੇ ਤਾਂ ਆਮ ਲੋਕਾਂ 'ਚ ਚਰਚਾ ਸੀ, ਸੋਸ਼ਲ ਮੀਡੀਆ 'ਚ ਚਰਚਾ ਸੀ ਕਿ ਹਰਸਿਮਰਤ ਕੌਰ ਬਾਦਲ ਜਿੱਤ ਗਈ, ਰਾਜਾ ਵੜਿੰਗ ਵੀ ਕੈਂਡੀਡੇਟ ਹੈ, ਇਹ ਜਿਤਾਉਣ ਵਾਸਤੇ ਲਾਇਆ ਗਿਆ। ਪਰ ਐਸਾ ਕੁਛ ਵੀ ਜਿਹੜਾ ਸਿਨੈਰੀਓ ਹੈ ਉਹ ਦੇਖਣ ਨੂੰ ਨਹੀਂ ਮਿਲਿਆ। ਇੱਕ ਹਫ਼ਤੇ ਦੇ ਦੌਰਾਨ ਹੀ ਜਦੋਂ ਰਾਜਾ ਵੜਿੰਗ ਨੇ ਕੰਪੇਨ ਸ਼ੁਰੂ ਕੀਤੀ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਰਾਤ ਨੂੰ ਆਮ ਗਰੀਬ ਪਰਿਵਾਰਾਂ ਦੇ ਘਰਾਂ ਦੇ ਵਿੱਚ ਰਾਤ ਬਿਤਾਉਣੀ, ਉਹਦੇ ਨਾਲ ਹਰ ਪਿੰਡ ਦੇ ਵਿੱਚ ਜਾਣਾ, ਤਾਂ ਇੱਕ ਹਫ਼ਤੇ ਦੇ ਵਿੱਚ ਹੀ ਰਾਜਾ ਵੜਿੰਗ ਨੇ ਜਿਹੜਾ ਸਾਰਾ ਮਾਹੌਲ ਹੈ ਉਹ ਚੇਂਜ ਕਰ ਦਿੱਤਾ। ਹੁਣ ਇਸ ਵਕਤ ਜੇ ਗੱਲ ਕੀਤੀ ਜਾਵੇ ਤਾਂ ਇਸ ਵਕਤ ਪੂਰੀ ਫਸਵੀਂ ਟੱਕਰ ਹੈ ਅਕਾਲੀ ਦਲ ਤੇ ਕਾਂਗਰਸ ਦੇ। ਬੇਸ਼ਕ ਰਾਜਾ ਵੜਿੰਗ ਨੂੰ ਹਲਕਾ ਲੋਕ ਸਮਝਦੇ ਆ, ਪਰ ਉਹਦੇ ਪਿੱਛੇ ਸਭ ਤੋਂ ਵੱਡਾ ਟੈਗ ਹੈ ਕਿਉਂਕਿ ਉਹ ਨੈਸ਼ਨਲ ਦਾ ਪ੍ਰੈਜ਼ੀਡੈਂਟ ਰਿਹਾ, ਯੂਥ ਕਾਂਗਰਸ ਦਾ ਵੱਡੀ ਜ਼ਿੰਮੇਵਾਰੀ ਰਹੀ ਹੈ, MLA ਵੀ ਰਿਹਾ ਉਹ ਗਿੱਦੜਵਾਹਾ ਤੋਂ। ਗਿੱਦੜਵਾਹਾ ਉਹ ਸੀਟ ਹੈ ਜਿੱਥੇ ਬਾਦਲਾਂ ਦਾ ਗੜ ਮੰਨਿਆ ਗਿਆ ਤੇ ਬਾਦਲਾਂ ਦਾ ਹੀ ਹਮੇਸ਼ਾ ਉੱਥੋਂ ਕੈਂਡੀਡੇਟ ਜਿੱਤਦਾ ਰਿਹਾ, ਤਾਂ ਰਾਜਾ ਵੜਿੰਗ ਨੇ ਉੱਥੋਂ ਵੀ ਮਾਤ ਦੇ ਕੇ ਬਾਦਲਾਂ ਦੀ ਜਗ੍ਹਾ ਦੇ ਉੱਤੇ, ਯਾਨੀ ਜਿਹੜਾ ਉਹਨਾਂ ਦਾ ਸਾਮਰਾਜਿਆ ਸੀ ਉਹ ਜਗ੍ਹਾ ਦੇ ਉੱਤੇ, ਉੱਥੋਂ ਜਿੱਤ ਪ੍ਰਾਪਤ ਕੀਤੀ ਹੈ। ਤੇ ਰਾਜਾ ਵੜਿੰਗ ਕੋਈ ਹਲਕਾ ਫੁਲਕਾ ਕੈਂਡੀਡੇਟ ਨਹੀਂ ਹੈਗਾ, ਨੈਸ਼ਨਲ ਕੈਂਡੀਡੇਟ ਨੈਸ਼ਨਲ ਰਿਹਾ, ਉਹ ਲੀਡਰ ਰਿਹਾ ਨੈਸ਼ਨਲ ਯੂਥ ਦਾ ਜੀ, ਤੇ ਵੱਡੀ ਕਮਾਨ ਕਾਂਗਰਸ ਨੇ ਹਾਈਕਮਾਂਡ ਨੇ ਦਿੱਤੀ ਸੀ, ਤਾਂ ਹੁਣ ਜਿਹੜੀ ਟੱਕਰ ਹੈਗੀ ਹੈ ਬਹੁਤ ਜ਼ਿਆਦਾ ਫਸਵੀਂ ਹੋ ਚੁੱਕੀ ਹੈ, ਕਿਉਂਕਿ ਰਾਜਾ ਵੜਿੰਗ ਦਾ ਜਿਹੜਾ ਇੱਕ ਤਰੀਕਾ ਹੈਗਾ, ਜਿਸ ਤਰੀਕੇ ਨਾਲ ਆਪਣੇ ਬੈਕਗ੍ਰਾਉਂਡ ਦੱਸਦੇ ਆ ਕਿ ਮੈਂ ਕੋਈ ਸਿਆਸੀ ਜਾਂ ਵੱਡਾ ਪਰਿਵਾਰ ਰਜਵਾੜਾ ਸ਼ਾਹੀ ਪਰਿਵਾਰ ਤੋਂ ਨਹੀਂ ਹੈਗਾ, ਜਾਂ ਆਪਣੇ ਪਰਿਵਾਰਕ ਬਾਰੇ ਦੱਸਦੇ ਆ ਕਿ ਛੋਟੇ ਹੁੰਦੇ ਉਹਨਾਂ ਦੇ ਮਾਤਾ ਪਿਤਾ ਚਲੇ ਗਏ ਸੀਗੇ, ਰਿਸ਼ਤੇਦਾਰਾਂ ਨੇ ਉਹਨਾਂ ਨੂੰ ਪਾਲਿਆ, ਤਾਂ ਉਹ ਇਸ ਤਰੀਕੇ ਦੇ ਜਿਹੜੇ ਭਾਸ਼ਣ ਹੈ ਲੋਕਾਂ ਨੂੰ ਦੱਸ ਰਹੇ ਹੈ ਕਿ ਮੇਰੀ ਹਾਲਾਤ ਜਿਹੜੇ ਹੈ ਇਸ ਤਰੀਕੇ, ਮੈਂ ਕੋਈ ਬਹੁਤ ਵੱਡਾ ਨਾਮ ਦਾ ਜ਼ਰੂਰ ਰਾਜਾ ਪਰ ਮੇਰੀ ਬੈਕਗ੍ਰਾਉਂਡ ਰਜਵਾੜਾ ਸ਼ਾਹੀ ਨਹੀਂ ਹੈ। ਅਮਿਤ, ਉਹਨਾਂ ਦੀ ਜਿਹੜੀ ਵਾਈਫ ਹੈ ਉਹ ਵੀ ਸਰਗਰਮ ਨਜ਼ਰ ਆ ਰਹੇ ਹਨ ਚੋਣ ਮੈਦਾਨ ਦੇ ਉੱਤੇ। ਜੀ ਬਿਲਕੁਲ, ਜਿਸ ਦਿਨ ਤੋਂ ਰਾਜਾ ਵੜਿੰਗ ਦੀ ਅਨਾਊਂਸਮੈਂਟ ਕੀਤੀ ਗਈ ਹੈ ਕਿ ਕਾਂਗਰਸ ਦੇ ਕੈਂਡੀਡੇਟ ਹੋਣਗੇ, ਉਸੇ ਦਿਨ ਤੋਂ ਉਹਨਾਂ ਦੀ ਜਿਹੜੀ ਵਾਈਫ ਹੈ ਅੰਮ੍ਰਿਤਾ ਵੜਿੰਗ, ਉਹਨਾਂ ਨੇ ਵੀ ਮੋਰਚਾ ਸੰਭਾਲਿਆ ਹੋਇਆ, ਪਿੰਡ ਪਿੰਡ ਜਾ ਰਹੇ ਲਗਾਤਾਰ, ਇੱਕ ਦਿਨ ਦੇ ਵਿੱਚ 15-15, 18-18 ਪਿੰਡ ਉਹ ਕਵਰ ਕਰ ਰਹੇ, ਆਮ ਲੋਕਾਂ ਦੇ ਉੱਤੇ ਜਾ ਰਿਹਾ, ਤੇ ਹਰਸਿਮਰਤ ਕੌਰ ਬਾਦਲ ਉਹਨਾਂ ਦੇ ਪਹਿਲੇ ਨਿਸ਼ਾਨੇ ਤੇ ਹੈ, ਕਿਉਂਕਿ ਹਰਸਿਮਰਤ ਕੌਰ ਬਾਦਲ 10 ਸਾਲ ਜਿਹੜੀ ਹੈ MP ਹੋਏ ਬਠਿੰਡਾ ਲੋਕ ਸਭਾ ਹਲਕੇ ਤੋਂ, ਤਾਂ ਅੰਮ੍ਰਿਤਾ ਵੜਿੰਗ ਜਿਹੜੀ ਹੈ
ਬਠਿੰਡਾ ਦੇ ਵਿਕਾਸ ਦੇ ਮੁੱਦੇ ਨੂੰ ਲੈ ਕੇ ਗੱਲਾਂ ਚੱਕਦੀ ਰਹੀ ਹੈ। ਬੇਸ਼ੱਕ ਬਠਿੰਡਾ ਸ਼ਹਿਰ ਦਾ ਇਲਾਕਾ ਕਾਫੀ ਸੁਧਰ ਹੈ, ਪਰ ਜਿਹੜੇ ਪਿੰਡਾਂ ਦੇ ਵਿੱਚ ਅੱਜ ਵੀ ਲੋਕਾਂ ਨੂੰ ਉਹ ਕਹਿ ਰਹੇ ਆ, ਅੰਮ੍ਰਿਤਾ ਵੜਿੰਗ ਕਹਿ ਰਹੀ ਹੈ ਕਿ ਪੀਣ ਵਾਸਤੇ ਪਾਣੀ ਨਹੀਂ ਹੈਗਾ, ਕਿਸਾਨੀ ਦਾ ਬੁਰਾ ਹਾਲ ਹੈ, ਸੜਕਾਂ ਟੁੱਟੀਆਂ ਹੋਈਆਂ। ਇਹ ਸਾਰੇ ਮੁੱਦੇ ਜਿਹੜੇ ਆ ਅੰਮ੍ਰਿਤਾ ਵੜਿੰਗ ਵੀ ਬੜੇ ਵੱਡੇ ਲੈਵਲ ਤੇ ਚੁੱਕ ਰਹੇ ਆ, ਤਾਂ ਇਹ ਜਿਹੜੀ ਆਪਾਂ ਕਹਿ ਸਕਦੇ ਕਿ ਜਿਹੜੀ ਰਾਹ ਹੈਗੀ ਹੈ। ਅਮਿਤ, ਰਿਪੋਰਟ ਇਹ ਵੀ ਦੱਸਦੀ ਹੈ ਕਿ ਸਭ ਤੋਂ ਜ਼ਿਆਦਾ ਕੈਂਸਰ ਦੇ ਪੇਸ਼ੈਂਟ ਅਗਰ ਹਨ ਉਹ ਬਠਿੰਡੇ ਕੌਂਸਟੀਟਿਊਐਂਸੀ ਦੇ ਵਿੱਚ ਨੇ। ਜੀ ਬਿਲਕੁਲ, ਕੈਂਸਰ ਦਾ ਬਹੁਤ ਵੱਡਾ ਇੱਥੇ ਪੇਸ਼ੈਂਟ ਜਿਹੜੇ ਹੈਗੇ ਆ, ਪਰ ਆਪਾਂ ਇਹ ਕਹਿ ਸਕਦੇ ਕਿ ਅਕਾਲੀ ਦਲ ਨੇ ਜਿਵੇਂ ਇੱਕ ਕੈਂਸਰ ਹੋਸਪਿਟਲ ਵੀ ਬਣਾਇਆ ਇੱਕ ਬਠਿੰਡਾ ਦੇ ਵਿੱਚ, ਮੈਕਸ ਹੋਸਪਿਟਲ ਵੀ ਲਿਆਂਦਾ, ਬੇਸ਼ੱਕ ਉਹ ਪ੍ਰਾਈਵੇਟ ਹੈਗਾ, ਪਰ ਟ੍ਰੀਟਮੈਂਟ ਜਿਹੜੇ ਲੋਕ ਹੈ ਉੱਥੇ ਮਹਿੰਗਾ ਹੋਣ ਕਰਕੇ ਕੈਂਸਰ ਦੇ ਪੇਸ਼ੈਂਟ ਨਹੀਂ ਜਾਂਦੇ। ਪਰ ਜਿਹੜੇ ਸਾਰੇ ਜੇਕਰ ਹੁਣ ਆਪਾਂ ਗੱਲ ਕਰੀਏ ਤਾਂ ਹੁਣ ਇੱਕ ਅਕਾਲੀ ਦਲ ਵਾਸਤੇ ਨਵੀਂ ਇੱਕ ਮੁਸੀਬਤ ਖੜੀ ਹੋਣ ਵਾਲੀ ਹੈ, ਕਿਉਂਕਿ ਬੇਅਦਬੀ ਦੇ ਜਿਹੜੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਹੈ। ਜਿਵੇਂ ਅਕਾਲੀ ਦਲ ਤੇ ਦੋਸ਼ ਲੱਗਦੇ ਰਹੇ ਕਿ ਬੇਅਦਬੀ ਇਹਨਾਂ ਦੇ ਸਮੇਂ ਸਰਕਾਰ ਤੇ ਹੋਈ ਹੈ, ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਕਾਂਗਰਸ ਵੀ ਨਹੀਂ ਉਹਨਾਂ ਤੇ ਕਾਰਵਾਈ ਕਰ ਰਹੀ, ਬੇਸ਼ੱਕ ਕਾਂਗਰਸ ਨੇ SIT ਬਣਾਈ, SIT ਕੰਮ ਕਰ ਰਹੀ ਹੈ। ਪਰ ਅੱਜ ਮੈਂ ਤੁਹਾਨੂੰ ਦੱਸ ਦਿੰਦਾ ਕਿ ਬਰਗਾੜੀ ਤੋਂ ਇਨਸਾਫ਼ ਮੋਰਚਾ, ਜਿਹੜਾ ਪਹਿਲਾਂ ਬਰਗਾੜੀ ਇਨਸਾਫ਼ ਮੋਰਚਾ ਲੱਗਿਆ ਸੀ, ਧਿਆਨ ਸਿੰਘ ਮੰਡ ਜਿਹੜੇ ਮੁਖਵਾਸੀ ਜਥੇਦਾਰ ਨੇ, ਉਹ ਅੱਜ ਇੱਕ ਵੱਡਾ ਮਾਰਚ ਲੈ ਕੇ ਅਕਾਲੀ ਦਲ ਦੇ ਖਿਲਾਫ ਮਾਰਚ ਕਰ ਰਹੇ ਨੇ। ਬਰਗਾੜੀ ਤੋਂ ਸ਼ੁਰੂ ਹੋਊਗਾ ਤੇ ਬਾਦਲ ਪਿੰਡ ਤੱਕ ਜਾਊਗਾ। ਬਹੁਤ ਵੱਡੀ ਜਾਣਕਾਰੀ ਤੁਸੀਂ ਸਾਨੂੰ ਦਿੱਤੀ ਅਮਿਤ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਬਰਗਾੜੀ ਤੋਂ ਮੋਰਚਾ ਜਿਹੜਾ ਉਹ ਕੱਢਿਆ ਜਾ ਰਿਹਾ ਬਾਦਲਾਂ ਦੇ ਖਿਲਾਫ, ਔਰ ਇਹ ਕਿਹਾ ਜਾ ਰਿਹਾ ਕਿ ਬਾਦਲਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਔਰ ਉਹਨਾਂ ਨੂੰ ਵੋਟ ਨਾ ਪਾਏ ਜਾਏ, ਅਤੇ ਇਹ ਇੱਕ ਵੱਡੀ ਜਿਹੜੀ ਖਬਰ ਹੈ ਹੁਣ ਹਾਲ ਫਿਲਹਾਲ ਦੇ ਵਿੱਚ ਉਹ ਪੰਜਾਬ ਤੋਂ ਸਾਹਮਣੇ ਆਈ ਹੈ। ਮੈਂ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇ ਦੇਵਾਂ ਕਿ ਬਰਗਾੜੀ ਤੋਂ ਮੋਰਚਾ ਜਿਹੜਾ ਉਹ ਕੱਢਿਆ ਗਿਆ। ਅਮਿਤ, ਵਧੇਰੀ ਜਾਣਕਾਰੀ ਲਈ ਮੈਨੂੰ ਇਹ ਦੱਸੋ ਕੌਣ ਕੌਣ ਇਸ ਮੋਰਚੇ ਦੇ ਵਿੱਚ ਸ਼ਾਮਿਲ ਹੈ? ਜੀ ਹਰਕੀ, ਜਿਹੜਾ ਮੋਰਚਾ ਹੈਗਾ ਜਿਵੇਂ ਪਹਿਲਾਂ ਵੀ ਜਿਹੜੇ ਆਪਾਂ ਇਹ ਕਹਿ ਸਕਦੇ ਮੁਖਵਾਜੀ ਜਥੇਦਾਰ ਜਿਹੜੇ ਧਿਆਨ ਸਿੰਘ ਮੰਡ, ਉਹਨਾਂ ਨੇ ਪਹਿਲਾਂ ਅਗਵਾਈ ਕੀਤੀ ਸੀ ਤੇ ਨਾਲ ਹੋਰ ਸਿੱਖ ਜਥੇਬੰਦੀਆਂ ਸੀ ਉਹਨਾਂ ਦੇ, ਤਾਂ ਅੱਜ ਵੀ ਉਹੀ ਸਾਰੇ ਪੁਰਾਣੇ ਜਿਹੜੇ ਇਨਸਾਫ਼ ਮੋਰਚੇ 'ਚ ਬੈਠੇ ਸੀ ਉਹੀ ਧਿਆਨ ਸਿੰਘ ਮੰਡ ਅੱਜ ਫਿਰ ਅਗਵਾਈ ਕਰ ਰਹੇ ਸੀ। ਜਿਹੜਾ ਇਹ ਮੋਰਚਾ ਨਿਕਲਣਾ, ਜਿਹੜਾ ਮਾਫਰਨਾ, ਜਿਹੜਾ ਇਹ ਮਾਰਚ ਨਿਕਲਣਾ, ਉਹਦੀ ਅਗਵਾਈ ਧਿਆਨ ਸਿੰਘ ਮੰਡ ਹੀ ਕਰਨਗੇ, ਤੇ ਬਰਗਾੜੀ ਤੋਂ ਹੁੰਦਾ ਹੋਇਆ ਬਠਿੰਡਾ, ਬਠਿੰਡਾ ਤੋਂ ਹੁੰਦਾ ਹੋਇਆ ਬਾਦਲ, ਤੇ ਬਾਦਲ ਤੱਕ ਜਾਏਗਾ ਮਾਰਚ। 1 ਮਾਰਚ ਫਿਰ ਉਹ ਬਠਿੰਡਾ ਮਾਫਰਨਾ ਇਹ ਬਰਗਾੜੀ ਤੋਂ ਜਾਏਗਾ ਜਲਾਲਾਬਾਦ ਹੋ ਜਾਵੇ ਫਿਰੋਜ਼ਪੁਰ ਤੱਕ। ਇਹ ਦੋਨੋਂ ਜਿਹੜੇ ਅਕਾਲੀ ਦਲ ਦੇ ਕੈਂਡੀਡੇਟ ਆ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ, ਲੋਕਾਂ ਨੂੰ ਮੈਸੇਜ ਦੇ ਰਿਹਾ ਕਿ ਆਮ ਲੋਕ ਇਹਨਾਂ ਨੂੰ ਵੋਟ ਨਾ ਪਾਓ, ਕਿਉਂਕਿ ਇਹਨਾਂ ਨੇ ਪੰਥ ਦੇ ਨਾਮ ਤੇ ਵੋਟਾਂ ਮੰਗੀਆਂ, ਇਸ ਕਰਕੇ ਪੰਥ ਚੋਂ ਇਹਨਾਂ ਨੂੰ ਬਾਹਰ ਕੱਢੋ। ਇਹ ਮੈਸੇਜ ਨੂੰ ਲੈ ਕੇ ਇੱਕ ਵੱਡਾ ਮਾਰਚ ਜਿਹੜਾ ਬਰਗਾੜੀ ਇਨਸਾਫ਼ ਮੋਰਚੇ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਕੱਢਿਆ ਜਾਣਾ, ਇਹ ਵੱਡਾ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਪ੍ਰਭਾਵ ਜਿਹੜਾ ਅਕਾਲੀ ਦਲ ਜਿਹੜੀ ਸਥਿਤੀ ਬਣੀ ਹੋਈ ਹੈ, ਬੇਅਦਬੀ ਦਾ ਇੱਕ ਵੱਡਾ ਪ੍ਰਭਾਵ ਦੇਖਣ ਨੂੰ ਮਿਲੇਗਾ। ਅਮਿਤ, ਕੀ ਵੋਟ ਜਿਹੜੇ ਨੇ ਉਹ ਨੋਟ ਕਰਕੇ ਤਬਦੀਲ ਹੋਣਗੇ? ਦੇਖੋ, ਇੱਕ ਸ਼ੁਰੂ ਤੋਂ ਲੋਬੀ ਰਹੀ ਹੈ ਜਿਹੜੀ ਕਿ ਨੋਟ ਦੇ ਉੱਤੇ ਵੋਟ ਦੀ ਜਿਹੜੀ ਲੋਬੀ ਹੁੰਦੀ ਹੈ ਸ਼ੁਰੂ ਤੋਂ ਹੁੰਦੀ ਹੈ, ਕਿਉਂਕਿ ਜਿਹੜੇ ਗਰੀਬ ਤਬਕੇ ਦੇ ਲੋਕ ਹੈਗੇ ਆ ਜਿਹਨਾਂ ਨੂੰ ਕਿਤੇ ਨਾ ਕਿਤੇ ਉਮੀਦ ਹੁੰਦੀ ਹੈ ਕਿ ਇਲੈਕਸ਼ਨ ਆਇਆ, ਚਲੋ ਇੱਕ ਵੋਟ ਜਿਹੜੀ ਹੈ ਕੁਛ ਵੀ 1000 ਰੁਪਏ ਦੀ ਵੋਟ ਆ, ਇਹ ਸ਼ੁਰੂ ਦਾ ਵੀ ਟ੍ਰੈਂਡ ਚੱਲਿਆ। ਜਦੋਂ ਵੀ ਪਾਰਟੀਆਂ ਜਿਹੜੀਆਂ ਰਵਾਇਤੀ ਪਾਰਟੀਆਂ, ਉਹਨਾਂ ਦੇ ਮੇਨ ਜਿਹੜਾ ਟਾਰਗੇਟ ਇਹੀ ਹੁੰਦਾ ਕਿ ਸਲਮ ਏਰੀਏ ਦੇ ਲੋਕ ਜਿਹੜੇ ਆ, ਜਿਹੜੇ ਕਿ ਆਪਣਾ ਹੱਕ ਨਹੀਂ ਸਮਝਦੇ ਕਿ ਸਾਡਾ ਵੋਟ ਅਸੀਂ ਦੇ ਦਈਏ, ਉਹਨਾਂ ਨੂੰ ਕੁਛ ਨਹੀਂ ਹੁੰਦਾ, ਉਹਨਾਂ ਨੂੰ ਸਿਰਫ ਹੁੰਦਾ ਕਿ ਸਾਨੂੰ ਆਪਣੀ ਵੋਟ ਦੇ ਪੈਸੇ ਮਿਲ ਗਏ। ਤਾਂ ਸ਼ੁਰੂਆਤੀ ਦਿਨਾਂ ਤੋਂ ਇਹ ਲਗਾਤਾਰ ਚੱਲਦਾ ਆ ਰਿਹਾ, ਵੋਟਰ ਜਿਹੜੇ ਆ ਪੈਸੇ ਦੇ ਕੇ ਖਰੀਦੇ ਜਾਂਦੇ ਆ, ਪਰ ਉਹ ਇੱਕ ਛੋਟੀ ਲੋਬੀ ਹੈਗੀ ਹੈ, ਜਿਹੜੇ ਆਊਟਰ ਏਰੀਏ ਲੋਕ ਹੈ ਤਾਂ ਉਹ ਹਰ ਵਾਰ ਖਰੀਦੇ ਜਾਂਦੇ, ਇਸ ਵਾਰ ਵੀ ਉਹ ਖਰੀਦੇ ਜਾਂਦੇ। ਪਰ ਜੇਕਰ ਆਪਾਂ ਗੱਲ ਕੀਤੀ ਜਾਵੇ ਤਾਂ ਜਿਹੜੇ ਸ਼ਹਿਰੀ ਵੋਟਰ ਨੇ, ਪੜ੍ਹੇ ਲਿਖੇ ਵੋਟਰ ਹੈ, ਹੁਣ ਤਾਂ ਪਿੰਡਾਂ ਦੇ ਵਿੱਚ ਵੀ ਕੈਂਡੀਡੇਟਾਂ ਨੂੰ ਬੜੀ ਦਿੱਕਤ ਆ ਰਹੀ ਹੈ, ਕਿਉਂਕਿ ਆਮ ਲੋਕ ਜਿਹੜੇ ਆ ਪਿੰਡਾਂ 'ਚੋਂ ਰੋਕ ਕੇ ਸਵਾਲ ਕੀਤਾ ਉਹਨਾਂ ਤੋਂ, ਜਵਾਬ ਲੈਂਦੇ ਕਿ ਤੁਸੀਂ ਇਹ ਵਾਅਦਾ ਕੀਤਾ ਸੀ ਪੂਰਾ ਕਿਉਂ ਨਹੀਂ ਹੋਇਆ, ਸਾਨੂੰ ਜਵਾਬ ਦਿੱਤਾ ਜਾਵੇ। ਰਾਜਾ ਵੜਿੰਗ ਨੂੰ ਵੀ ਸਵਾਲ ਪੁੱਛੇ ਆ, ਬੀਬੀ ਹਰਸਿਮਰਤ ਕੌਰ ਬਾਦਲ ਉਹਨਾਂ ਨੂੰ ਵੀ ਬਠਿੰਡਾ ਦੇ ਵਿੱਚ ਸਵਾਲ ਪੁੱਛੇ ਲੋਕਾਂ ਨੇ, ਤਾਂ ਉਹਨਾਂ ਜਵਾਬ ਨਹੀਂ ਦਿੱਤਾ। ਸੁਖਪਾਲ ਖਹਿਰਾ ਦੀ ਕੈਂਪੇਨਿੰਗ ਕਿਵੇਂ ਚੱਲ ਰਹੀ ਹੈ? ਦੇਖੋ, ਸੁਖਪਾਲ ਖਹਿਰਾ ਬਹੁਤ ਹੀ ਜ਼ਿਆਦਾ ਮਿਹਨਤ ਕਰ ਰਹੇ ਨੇ, ਬੇਸ਼ੱਕ ਇਹ ਹਲਕਾ ਉਹਨਾਂ ਵਾਸਤੇ ਨਵਾਂ ਸੀਗਾ, ਉਹਨਾਂ ਦਾ ਪੂਰਾ ਪਰਿਵਾਰ, ਉਹਨਾਂ ਦੀ ਧਰਮ ਪਤਨੀ, ਉਹਨਾਂ ਦੀ ਬੇਟੀ ਤੇ ਉਹਨਾਂ ਦੀ ਨੂੰ, ਇਹ ਸਾਰਾ ਪਰਿਵਾਰ, ਬੇਟਾ ਵੀ ਉਹਨਾਂ ਦਾ, ਸਾਰਾ ਪਰਿਵਾਰ ਇੱਥੇ ਬਠਿੰਡਾ ਦੇ ਵਿੱਚ ਹੀ ਡੇਰਾ ਲਾਇਆ ਹੋਇਆ ਤੇ ਵੱਖ ਵੱਖ ਪਿੰਡਾਂ ਦੇ ਵਿੱਚ ਡਿਊਟੀਆਂ ਲੱਗੀਆਂ ਹੋਈਆਂ ਸਾਰੇ। ਤਾਂ ਸੁਖਪਾਲ ਖਹਿਰਾ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੇ ਕਿਹਾ ਸੀ ਕਿ ਮੈਂ ਹਰਸਿਮਰਤ ਦੇ ਖਿਲਾਫ਼ ਚੋਣ ਲੜੂੰਗਾ, ਜਿੱਥੋਂ ਹਰਸਿਮਰਤ ਕੌਰ ਬਾਦਲ ਚੋਣ ਲੜੂਗੀ, ਤਾਂ ਉਹਨਾਂ ਨੇ ਆਪਣੀ ਇੱਛਾ ਜਤਾਈ ਸੀ ਕਿ ਮੈਂ ਜਿਹੜੀ ਰਵਾਇਤੀ ਪਾਰਟੀਆਂ, ਜਿਹੜੇ ਰਜਵਾੜਾ ਸ਼ਾਹੀ ਪਰਿਵਾਰ ਹੈ, ਉਹਨਾਂ ਦੇ ਖਿਲਾਫ਼ ਉਹ ਇਕੱਠੇ ਹੋਣਗੇ। ਤਾਂ ਅੱਜ ਆਪਾਂ ਇਹ ਕਹਿ ਸਕਦੇ ਹਾਂ ਕਿ ਸੁਖਪਾਲ ਖਹਿਰਾ ਨੇ ਵੀ ਇੱਕ ਵੱਡੀ ਟੈਂਸ਼ਨ ਜਿਹੜੀ ਹੈ ਅਕਾਲੀ ਦਲ ਤੇ ਕਾਂਗਰਸ ਵਾਸਤੇ ਖੜੀ ਕਰ ਦਿੱਤੀ, ਕਿਉਂਕਿ ਲੋਕਾਂ ਨੇ ਪਿੰਪਿੰਗ ਜਾ ਰਹੇ ਹੈ, ਮੁੱਦੇ ਚੱਕ ਰਹੇ ਆ ਪੰਜਾਬ ਦੇ, ਜਿਹੜੇ ਮੁੱਦੇ ਬਠਿੰਡਾ ਦੇ ਜਿਵੇਂ ਹਾਲਾਤ, ਪਾਣੀ ਪੀਣ ਵਾਲਾ ਨਹੀਂ ਹੈ, ਕਿਸਾਨੀ ਦਾ ਬੁਰਾ ਹਾਲ ਹੈ, ਇਹ ਸਾਰੇ ਮੁੱਦੇ ਲੈ ਕੇ ਸੁਖਪਾਲ ਖਹਿਰਾ ਵੀ ਭਾਰੀ ਪੈ ਰਹੇ ਦੋਨਾਂ ਪਾਰਟੀਆਂ ਦੇ ਉੱਪਰ। ਪ੍ਰੋਫੈਸਰ ਬਲਜਿੰਦਰ ਕੌਰ ਦਾ ਕੀ ਹਾਲ ਹੈ?
आम आदमी पार्टी की गल करिए आम आदमी पार्टी तो जो लोग है वो टुट चुके थे पहले ही, क्योंकि इन्हों की लीडरशिप जिम्मे टुटती जा रही थी लगातार, हूँ जे विधायक जे वो भी छड़ के चले गए है तो वो कह सकते हैं कि मनोबल टुटे हैं उन्होंने वोटर का जेडे पंजाबी वोटर ने आम आदमी पार्टी की सपोर्ट की थी तनो मनो से तनो किसान ने आम लोगों ने भी पलों फंड देते थे पार्टी में चलो कितने कितने बदल लियाने कुछ ना कुछ करे पर जे हूँ आम आदमी पार्टी के विधायक जे जा रहे हैं बलजिंदर कौर भी बेटे कंपेनिंग कर रही है ठीक है दोस्त जे टुट चुके थे आम आदमी पार्टी तो हूँ जे विधायक छड़ के गए हैं इन्होंने जाने भी बलजिंदर कौर में कितने कितने थोड़ा बहुत चानने हो रहा है कि बठिंडा तो जितना मुश्किल बहुत ज्यादा मुश्किल हो गया क्योंकि पहले ही आम आदमी पार्टी जी चेरू फेरू हो चुकी है सुखपाल खैराट ने तो उन्होंने अपनी कितने कितने स्थिति लगती है कि इस बारी जी आम आदमी पार्टी मैं लगता है कि वो शायद सुखपाल खैरा तो भी जी चौथे नंबर से जाने की उम्मीद है। अच्छा तो हूँ मैं थोड़े नाल की जी सीट है उत्थे आ जावा फिरोजपुर का की हाल है। देखो फिरोजपुर जो गल की जाए तो राव सिखा का एक वाला गाड़ा से शेर सिंह रुपाया जेड़े अकाली दल च गए ने पहला भी दबदबा रहा हमारा तो राव सिखा की करीब 4 लाख की वोट है वो सारी वोट जी है इस वक्त जी चर्चा चलती थी वो ये चाहते कि सुखपाल माफ करना ये जे शेर सिंह रुपाया है जी पूरी टक्कर दे रहे डिप्टी सीएम सुखबीर सिंह बादल जे पंजाब के पूर्व डिप्टी सीएम है उन्होंने तो सुनने से खबर यह भी सानू मिल रही है कि पूरी जी श्रोमणी अकाली दल की समुची लीडरशिप है वह मैदान के उतर चुकी है फिरोजपुर के पर पूरा जीत तोड़ आप कह सकते कि अकाली दल भी पूरा जोर ला रहा पर शेर सिंह घुबाया भी घट कंपीटिशन के बीच नहीं है शेर सिंह घुबाया भी एक कले हड्डी तरीके बने बने हुए अकाली दल वास्ते जिम्मे ठीक है अमित मैं तुहानू इत्थे रोक रहा मैं चाहुंदा कि तुसी साडे नाल रहो अहम जानकारियां तुसी सानू दे रहे हो फिलहाल मैनू इत्थे जिहड़ा समां एक निक्के जे ब्रेक लई रोक रहा जब मैं इस कमर्शियल तो बाद वापस आवांगा लवांगा तुहानू और लवांगा अपने दर्शकों के भी कॉल मिलदे आ ब्रेक तो बाद ते की बनूगा बठिंडे का अजे हाल फिलहाल दे विच आपां इह जानकारी लै रहे हैं लेकिन आपां दर्शकों नू इक जानकारी दे दईए कि बरगाड़ी तो जिहड़ा इंसाफ मोर्चा उहदी शुरुआत हो चुकी है उत्थों दी मोर्चा निकलिया है जिहदे विच इह कहा जा रहा है कि अकालियां नू वोटां ना पाईआं जाण ते इक वड्डी जिहड़ी खबर है हुण हाल फिलहाल दे विच पंजाब तो सामने आई है अमित शर्मा सीनियर जर्नलिस्ट बठिंडे तो साडे नाल जुड़े हुए हन अमित तुसीं जानकारी दे रहे सीगे इस इंसाफ मोर्चे बारे की कुछ और अहम जानकारी है तुहाडे कोल ਜਿਹੜਾ ਬਰਗਾੜੀ ਸਾਫ ਮੋਰਚਾ ਲੱਗਿਆ ਸੀ ਉਹਦੇ ਜਿਹੜੀ ਅਗਵਾਈ ਕਰ ਰਹੇ ਸੀ ਜਥੇਦਾਰ ਧਿਆਨ ਸਿੰਘ ਮਾਨ ਜਾਂ ਹੋਰ ਜਿੰਨੇ ਵੀ ਸਿੱਖ ਜਿਹੜੇ ਸੰਗਠਨ ਸੀਗੇ ਉਹਨਾਂ ਨੇ ਬਠਿੰਡਾ ਦੇ ਵਿੱਚ ਪਿਛਲੇ ਹਫ਼ਤੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਐਸੀ ਬਾਦਲਾਂ ਦੇ ਖਿਲਾਫ਼ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਅਸੀਂ ਬਰਗਾੜੀ ਤੋਂ 8 ਤਰੀਕ ਨੂੰ ਮਾਰਚ ਕੱਢਣਾ ਹੈ ਜਿਹੜਾ ਕਿ ਬਠਿੰਡਾ ਹੋ ਕੇ ਬਾਦਲ ਪਿੰਡ ਤੱਕ ਜਾਊਗਾ ਤੇ ਲੋਕਾਂ ਨੂੰ ਮੈਸੇਜ ਦੇਵਾਂਗੇ ਕਿ ਅਕਾਲੀਆਂ ਦੇ ਲੀਡਰਾਂ ਜਿਹੜੇ ਅਕਾਲੀਆਂ ਦੇ ਉਮੀਦਵਾਰ ਹੈ ਉਹਨਾਂ ਨੂੰ ਕੋਈ ਵੀ ਵੋਟ ਨਾ ਪਾਏ अकालियां वोट ना पायो अकालियां दा की म्यार लग रहा तुहानू किन्नी सीटां दे उत्ते वो अपनी पैरवी कर सकदे हन जित सकदे हन देखो अकाली दल दावे दा 13 दी 13 सीटां दा कर रहा पर जे वी गल कीती जावे तां जिहड़ियां पंजाब दीआं दो मुख सीटां हैगीआं बठिंडा ते फिरोजपुर इही जितनी अकाली दल वास्ते इक वड्डी चुनौती बनी होई है ਕੀ ਪੰਜਾਬ ਦੇ ਵਿੱਚ ਤਾਂ ਜਿਹੜੇ ਆਪਾਂ ਕਹਿ ਸਕਦੇ ਹਾਂ ਕੋਈ ਚੰਗੇ ਹਾਲਾਤ ਅਕਾਲੀ ਦਲ ਦੇ ਪਹਿਲਾਂ ਹੀ ਨਹੀਂ ਸੀਗੇ ਕਿਉਂਕਿ ਅਕਾਲੀ ਦਲ ਤੋਂ ਹੀ ਟਕਸਾਲੀ ਅਕਾਲੀ ਦਲ ਜਿਹੜੇ ਆ ਅਲੱਗ ਹੋ ਗਏ ਸੀਨੀਅਰ ਲੀਡਰ ਬ੍ਰਹਮਪੁਰਾ ਵਰਗੇ ਜਿਹੜੇ ਰਣਜੀਤ ਸਿੰਘ ਬ੍ਰਹਮਪੁਰਾ ਡਾਕਟਰ ਅੰਜਨਾਲਾ ਜਿੰਨੇ ਵੀ ਸੀਗੇ ਸਾਰੇ ਅੱਡ ਹੋ ਚੁੱਕੇ ਉਹਦੇ ਨਾਲ ਇਹ ਪਹਿਲਾਂ ਹੀ ਜਿਹੜੇ ਅਕਾਲੀ ਦਲ ਵਾਸਤੇ ਇੱਕ ਮੁਸੀਬਤ ਸੀਗੀ ਕਿ ਐਡੇ ਸੀਨੀਅਰ ਬੰਦੇ ਜਿਹੜੇ ਪਾਰਟੀ ਛੱਡ ਕੇ ਇੱਕ ਨਵੀਂ ਅਕਾਲੀ ਦਲ ਟਕਸਾਲੀ ਬਣਾ ਲਈ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਦਾਅਵੇ ਤਾਂ ਕੀਤੇ ਜਾਂਦੇ ਅਕਾਲੀ ਦਲ ਵੱਲੋਂ ਕਿ ਸਾਡੇ ਨਾਲ ਲੋਕ ਹੈਗੇ ਆ ਅਸੀਂ 13 ਸੀਟਾਂ ਜਿੱਤਾਂਗੇ ਪਰ ਐਸਾ ਕੁਝ ਨਹੀਂ ਲੱਗ ਰਿਹਾ 2 ਸੀਟਾਂ ਵਿੱਚ ਜਿੱਤਣੀਆਂ ਬਹੁਤ ਮੁਸ਼ਕਲ ਹੋ ਜਾਂਦੀ ਗੁਰਦਾਸਪੁਰ ਤੋਂ 2.5 ਕਿਲੋ ਦਾ ਹੱਥ ਜਿਹੜਾ ਉਹ 56 ਇੰਚ ਦੀ ਛਾਤੀ ਨੂੰ ਚੋੜਾ ਕਰੇਗਾ ਕਿ ਫੁੱਸ ਹੋ ਜਾਏਗਾ ਉਹ ਵੀ ਦੇਖੋ ਜੇ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਜਿਵੇਂ ਸੰਨੀ ਦਿਓਲ ਦੇ ਰੋਡ ਸ਼ੋਅ ਚੱਲਦੇ ਪਏ ਨੇ ਜਾਂ ਜਿਵੇਂ ਇੱਕ ਸੈਲੀਬ੍ਰਿਟੀ ਹੈਗੀ ਵੱਡਾ ਚਿਹਰਾ ਨੇ ਰਾਜਨੀਤੀ ਦੇ ਵਿੱਚ ਉਤਾਰਿਆ ਗਿਆ ਬੀਜੇਪੀ ਵੱਲੋਂ ਇੱਕ ਫਿਲਮ ਸਟਾਰ ਨੇ ਸੁਪਰ ਸਟਾਰ ਰਹੇ ਨੇ ਤਾਂ ਲੋਕ ਅੱਜ ਵੀ ਫਿਲਮਾਂ ਸੰਨੀ ਦਿਓਲ ਦੀਆਂ ਦੇਖਣੀ ਪਸੰਦ ਕਰਦੇ ਆ ਪਹਿਲਾਂ ਵੀ ਸੰਨੀ ਦਿਓਲ ਨੂੰ ਬਹੁਤ ਜਿਹੜਾ ਯੂਥ ਪਸੰਦ ਕਰਦਾ ਸੀ ਤਾਂ ਹੁਣ ਕਿਤੇ ਨਾ ਕਿਤੇ ਜਿਹੜੀ ਹਵਾ ਬਣੀ ਹੋਈ ਹੈ ਉਹ ਸੰਨੀ ਦਿਓਲ ਦੇ ਤੇ ਗੁਰਦਾਸਪੁਰ ਦੇ ਨਲਕੇ ਪਟ ਲੈਣਗੇ ਕਹਿਣ ਦਾ ਭਾਵ ਹੈ ਤੁਹਾਡਾ
ਦੇਖੋ ਗੁਰਦਾਸਪੁਰ ਦੇ ਨਲਕੇ ਪਟਨਾ ਇਹ ਜਨਤਾ ਦੇ ਹੱਥ ਹੈ ਜਿਹੜਾ ਹੁਣ ਇਕੱਠ ਸੰਨੀ ਦਿਓਲ ਦੇ ਨਾਲ ਹੈਗਾ ਦੇਖਣ ਵਾਲੀ ਗੱਲ ਇਹ ਹੋਊਗੀ ਕੀ ਉਹ ਵੋਟ ਦੇ ਵਿੱਚ ਬਦਲਦਾ ਕੀ ਉਹ ਵੋਟਰ ਬਣਦੇ ਨੇ ਸਾਰੇ ਇਹ ਵੱਡਾ ਸਵਾਲ ਹੈਗਾ ਪਰ ਫਿਲਹਾਲ ਇਕੱਠ ਤਾਂ ਦੇਖੋ ਸਾਰੀ ਰੈਲੀਆਂ ਸੋ ਜਾਂਦਾ ਫਿਲਮ ਸਟਾਰ ਨੂੰ ਦੇਖਣ ਵਾਸਤੇ ਪਹੁੰਚਦੇ ਆ ਪਰ ਇੱਕ ਫਸਵੀਂ ਟੱਕਰ ਉੱਥੇ ਵੀ ਦੇਖਣ ਨੂੰ ਮਿਲ ਰਹੀ ਹੈ ਤੇ ਭਗਵੰਤ ਮਾਨ ਸੰਗਰੂਰ ਦੀ ਜਾਨ ਬਣੇ ਹੋਏ ਹਨ ਕਿ ਹਜੇ ਵੀ ਨਹੀਂ ਜੀ ਬਿਲਕੁਲ ਭਗਵੰਤ ਮਾਨ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਭਗਵੰਤ ਮਾਨ ਨੇ ਪੰਜਾਬ ਦੇ ਮੁੱਦੇ ਸੈਂਟਰ ਵਿੱਚ ਚੱਕੇ ਆ ਬਹੁਤ ਚੰਗੇ ਬੁਲਾਰੇ ਹੈਗੇ ਆ ਸਰਕਾਰ ਨੂੰ ਘੇਰਦੇ ਰਹੇ ਆ ਪੰਜਾਬ ਦੀ ਸਰਕਾਰ ਹੋਵੇ ਚਾਹੇ ਕੇਂਦਰ ਦੀ ਸਰਕਾਰ ਹੋਵੇ ਆਪਣੇ ਤਰੀਕੇ ਨਾਲ ਉਹਨਾਂ ਨੇ ਵਿਅੰਗ ਵੀ ਕਸੇ ਆ ਮੋਦੀ ਦਾ ਮਜ਼ਾਕ ਵੀ ਉਡਾਇਆ ਪੰਜਾਬ ਦੇ ਮੁੱਦੇ ਵੀ ਜਿਹੜਾ ਦੁਖਾਂਤ ਸੀ ਉਹ ਤਾਂ ਹੁਣ ਦੇਖਦੇ ਭਗਵੰਤ ਮਾਨ ਦੀ ਜਿਹੜੀ ਗੱਲ ਆਪਾਂ ਕਰੀਏ ਤਾਂ ਉਹਨਾਂ ਨੇ ਜਿਸ ਤਰੀਕੇ ਨਾਲ ਆਪਣੇ ਇਲਾਕੇ ਦੇ ਵਿੱਚ ਕੰਮ ਕੀਤਾ ਤਾਂ ਲੋਕ ਪਹਿਲਾਂ ਵੀ ਉਹਨਾਂ ਦੇ ਨਾਲ ਖੜੇ ਸੀ ਤਾਂ ਉਮੀਦ ਹੈ ਵੀ ਭਗਵੰਤ ਮਾਨ ਨੂੰ ਦੇਖਦੇ ਹੋਏ ਲੋਕ ਇੱਕ ਵਾਰ ਵੀ ਉਹਨਾਂ ਦੇ ਨਾਲ ਕਰਨਗੇ ਬੇਸ਼ੱਕ ਪਾਰਟੀ ਦੇ ਲੀਡਰ ਛੱਡ ਰਹੇ ਵੱਡੇ ਪਰ ਭਗਵੰਤ ਮਾਨ ਜੇਕਰ ਗੱਲ ਕੀਤੀ ਜਾਵੇ ਇਲਾਕੇ ਵਿੱਚ ਕਾਫੀ ਵਿਕਾਸ ਕੀਤਾ ਤਾਂ ਲੋਕ ਇਸ ਵਾਰੀ ਫਿਰ ਉਹਨਾਂ ਨੂੰ ਮੌਕਾ ਜ਼ਰੂਰ ਦੇਣਗੇ ਔਰ ਖਡੂਰ ਸਾਹਿਬ ਦੇ ਕੀ ਹਾਲਾਤ ਬਣੇ ਹੋਏ ਹਨ ਦੇਖੋ ਖਡੂਰ ਸਾਹਿਬ ਦੇ ਵਿੱਚ ਬੀਬੀ ਖਾਲੜਾ ਦੀ ਚੰਗੀ ਉੱਥੇ ਇਮੇਜ ਹੈਗੀ ਹੈ ਜਿਸ ਤਰੀਕੇ ਨਾਲ ਉਹਨੇ ਕੰਮ ਕੀਤੇ ਆ ਪਹਿਲਾਂ ਉਹਨਾਂ ਦੇ ਹਸਬੈਂਡ ਨੇ ਕੀਤੇ ਤਾਂ ਇੱਕ ਚੰਗਾ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਦੇ ਵਿੱਚ ਮੈਸੇਜ ਚੰਗਾ ਜਾ ਰਿਹਾ ਤਾਂ ਇਸ ਵਕਤ ਜੇਕਰ ਅਕਾਲੀ ਦਲ ਟਕਸਾਲੀ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਉਹਨਾਂ ਨੇ ਜੇਜੇ ਸਿੰਘ ਨੂੰ ਗੱਲ ਕੀਤੀ ਸੀ ਪਰ ਉਸ ਤੋਂ ਬਾਅਦ ਬੀਬੀ ਖਾਲੜਾ ਨੂੰ ਚੋਣ ਮੈਦਾਨ ਚ ਉਤਾਰਤਾ ਹੁਣ ਇਸ ਵਕਤ ਜਿਹੜੀ ਹਵਾ ਹੈਗੀ ਹੈ ਉਹ ਜਿਹੜਾ ਉਮੀਦਵਾਰ ਹੈਗਾ ਪੀਡੀਏ ਦਾ ਇਹਨਾਂ ਦੇ ਹੱਕ ਦੇ ਵਿੱਚ ਹੀ ਜਾ ਰਹੀ ਹੈ ਬੀਬੀ ਖਾਲੜਾ ਦੇ ਠੀਕ ਹੈ ਜੇ ਜੇਕਰ ਆਪਾਂ ਹੁਣ ਅੰਮ੍ਰਿਤਸਰ ਰਾਜ ਦੇ ਉੱਥੇ ਕੀ ਹਾਲਾਤ ਬਣੇ ਹੋਏ ਹਨ ਦੇਖੋ ਅੰਮ੍ਰਿਤਸਰ ਦੀ ਤਾਂ ਕਾਂਗਰਸ ਦੀ ਸੀਟ ਲਗਭਗ ਕਿਉਂਕਿ ਪਹਿਲਾਂ ਵੀ ਉੱਥੇ ਔਜਲਾ ਦੀ ਚੰਗੀ ਉਮੀਦ ਹੈਗੀ ਹੈ ਤਾਂ ਉਮੀਦ ਹੈਗੀ ਹੈ ਕਿ ਇਸ ਵਾਰ ਫਿਰ ਅੰਮ੍ਰਿਤਸਰ ਜਿਹੜਾ ਹੈਗਾ ਕਾਂਗਰਸ ਜ਼ਰੂਰ ਉੱਥੋਂ ਸੀਟ ਕਰੂਗਾ ਜਿਹੜੇ ਪੈਰਾਸ਼ੂਟ ਉਮੀਦਵਾਰ ਬੀਜੇਪੀ ਲੈ ਕੇ ਆਈ ਹੈ ਹਰਦੀਪ ਪੁਰੀ ਦੇਖੋ ਉਹਦੀ ਕੋਈ ਅਜਿਹਾ ਆਧਾਰ ਨਹੀਂ ਹੈਗਾ ਨਾ ਉਹ ਕੋਈ ਉਹਨਾਂ ਦੇ ਕੋਈ ਸੁਣਨ ਦੇ ਵੀ ਚਰਚਾ ਵੀ ਹੈ ਨੀ ਲੋਕ ਵੀ ਪਸੰਦ ਨਹੀਂ ਕਰਦੇ ਕਿਉਂਕਿ ਔਜਲਾ ਦਾ ਉੱਥੇ ਚੰਗਾ ਪ੍ਰਭਾਵ ਹੈਗਾ ਤੇ ਕਾਂਗਰਸ ਪਾਰਟੀ ਦੇ ਵੱਡੇ ਚਿਹਰੇ ਨੇ ਤਾਂ ਉਮੀਦ ਹੈ ਵੀ ਲੋਕ ਜਿਹੜੇ ਆ ਇਸ ਵਾਰੀ ਫਿਰ ਉਹਨਾਂ ਦੀ ਜਿੱਤ ਯਕੀਨੀ ਬਣਾਉਣਗੇ ਹਰਦੀਪ ਪੁਰੀ ਦੀ ਜਿੱਤ ਤੇ ਲੱਗਦੀ ਨਹੀਂ ਕਿ ਉਹ ਜਿੱਤ ਪਾਣਗੇ ਆਮੇ ਤੁਸੀਂ ਲਾਈਨ ਤੇ ਰਹਿਣਾ ਸਾਡੇ ਦਰਸ਼ਕ ਕੀ ਕੁਝ ਕਹਿਣਾ ਚਾਹੁੰਦੇ ਉਹਨਾਂ ਨੂੰ ਵੀ ਸੁਣ ਲੈਂਦੇ ਆਪਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਆਪਣੀ ਗੱਲ ਰੱਖ ਸਕਦੇ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਆਪਣੇ ਤੁਸੀਂ ਜੋ ਤੁਸੀਂ ਪੱਤਰਕਾਰੀ ਦਾ ਆਪਣੇ ਕਰਦੇ ਆ ਸਾਰਿਆਂ ਨੂੰ ਦੱਸਦੇ ਆ ਔਰ ਬੜੀ ਚੰਗੀ ਪੱਤਰਕਾਰੀ ਆ ਸਾਡੀ ਅਸੀਂ ਤੁਹਾਨੂੰ ਸਲੂਟ ਕਰਦੇ ਆ ਗੱਲ ਇਹ ਆ ਮਿਹਰਬਾਨੀ ਤੁਹਾਡੀ ਮਿਹਰਬਾਨੀ ਮੈਂ ਤਾਂ ਗੱਲ ਇਹ ਕਰੂੰਗਾ ਸਭ ਤੋਂ ਪਹਿਲਾਂ ਮੈਂ ਬੀਬੀ ਭੱਠਲ ਦੀ ਗੱਲ ਕਰੂੰਗਾ ਜੀ ਦੇਖੋ ਇਹਨੇ ਆਪਣੇ ਆਪ ਦਾ ਰੋਲ ਜਿਹੜੀ ਫੂਲਨ ਤੇ ਵੀ ਡਾਕੂ ਹੁੰਦੀ ਸੀ ਉਹ ਨਿਭਾਇਆ ਇੱਕ ਦਲਿਤ ਮੁੰਡਾ ਪੜ੍ਹਿਆ ਲਿਖਿਆ ਪਿੰਡ ਦੇ ਵਿੱਚ ਉਹਨਾਂ ਦਾ ਫੰਕਸ਼ਨ ਸੀਗਾ ਉੱਥੇ ਇਕੱਠੇ ਹੋਏ ਸ਼ਰੇਆਮ ਉਹਦੇ ਤੇ ਚਪੇੜਾ ਮਾਰੀਆਂ ਮੁੰਡੇ ਦੇ ਮਾੜੇ ਉਹਨੂੰ ਸ਼ਬਦ ਬੋਲੇ ਔਰ ਪੜ੍ਹਿਆ ਲਿਖਿਆ ਇਹਨਾਂ ਦੇ ਜਿਹੜੇ ਮੰਤਰੀ ਆ ਕੋਈ ਦਲਿਤ ਪੜ੍ਹਿਆ ਤੇ ਇਹਨਾਂ ਦਾ ਬਣ ਜਾਂਦਾ ਆ ਆਪਣੇ ਸਿੱਖਿਆ ਮੰਤਰੀ ਔਰ ਇਹਨਾਂ ਦੇ ਚੰਨੀ ਵਰਗੇ ਵੜ ਜਾਂਦੇ ਜਿਹੜੇ ਸੜਕਾਂ ਨੂੰ ਪੱਚ ਲਾਉਂਦੇ ਫਿਰਦੇ ਆ ਇਹਨਾਂ ਨੂੰ ਸੋਚੋ ਵੀ ਤੁਸੀਂ ਹਲੇ ਵੋਟਾਂ ਲੈਣੀਆਂ ਜਾਣੀ ਮੈਂ ਤਾਂ ਇਹੀ ਕਹੂੰਗਾ ਸਾਡੇ ਸਾਰੇ ਆਦਮੀ ਭਰਾਵਾਂ ਨੂੰ ਸਾਰੇ ਦਲਿਤ ਭਰਾਵਾਂ ਨੂੰ ਸਾਰੇ ਬਾਲਮੀਕੀ ਜਿੰਨਾ ਵੀ ਸਾਡਾ ਸਕੂਲ ਕਾਸਟ ਭਰਾ ਆ ਖੜੇ ਹੋਵੋ ਏਕਤਾ ਦੇ ਵਿਰੁੱਧ ਖੜੇ ਹੋਵੋ ਜਿਹੜੇ ਸਾਡੇ ਪੜ੍ਹਿਆ ਲਿਖਿਆ ਦੇ ਉੱਪਰ ਚਪੇੜਾ ਮਾਰਦੇ ਆ ਹਲੇ ਰਾਜ ਨਹੀਂ ਆਇਆ ਇਹਨਾਂ ਨੇ ਕੀ ਕੰਮ ਕੀਤਾ ਰਹਿ ਗਈ ਗੱਲ ਕੈਪਟਨ ਦੀ ਕੈਪਟਨ ਅੱਗੇ ਵੀ ਝੂਠ ਬੋਲਦੇ ਸੀ ਹੁਣ ਫਿਰ ਝੂਠ ਬੋਲਦੇ ਲੋਕਾਂ ਨੂੰ ਲਾਲੀਪੋਪ ਦਿੱਤਾ ਵੀ ਮੈਂ ਦੋ ਦਿੱਕਾਂ ਰਹਿ ਗਈਆਂ ਤੇ ਤੁਸੀਂ ਮੈਨੂੰ ਵੋਟਾਂ ਜ਼ਰੂਰ ਪਾਓ ਬਿਲਕੁਲ ਨੀ ਇਹ ਹੁਣ ਦੁਬਾਰਾ ਫਿਰ ਆਪਣੇ ਆਪ ਨੂੰ ਵੋਟਾਂ ਨਾ ਦਿਓ ਔਰ ਤਗੜੇ ਹੋ ਕੇ ਜਿਹੜੇ ਸੁਖਵਾਲ ਕਹਿ ਰਹੇ ਨੇ ਇਹ ਮੈਂ ਬਣਾਇਆ ਛੇ ਪਾਰਟੀਆਂ ਦਾ ਉਹਨਾਂ ਨੂੰ ਤਗੜੇ ਹੋ ਕੇ ਵੋਟਾਂ ਦਿਓ ਇਹਨਾਂ ਨੇ ਤੀਜੀ ਰਵਾਇਤੀ ਜਿਹੜੇ ਭਗਵੰਤ ਮਾਨ ਨੇ ਕੰਮ ਕੀਤਾ ਇਹਨੇ ਪੰਜਾਬੀਆਂ ਦੇ ਪੈਰ ਦਾ ਛੁਰਾ ਮਾਰਿਆ ਔਰ ਇਹਨੇ ਜਿਹੜੀ ਲਹਿਰ ਸੀ ਉਹ ਲਹਿਰ ਦਾ ਉਹਨੂੰ ਕਤਲ ਕਰ ਦਿੱਤਾ ਭਗਵੰਤ ਮਾਨ ਨੇ ਪਰ ਉਹਦਾ ਕੇਜਰੀਵਾਲ ਦਾ ਚਮਚਾ ਬਣ ਕੇ ਤੇ ਖੜਾ ਆ ਉਹਦੇ ਮਗਰ ਪੰਜਾਬੀਆਂ ਪੰਜਾਬੀਆਂ ਦੇ ਨਾਲ ਨੀ ਖੜਾ ਆ ਸੋਰੀ ਉਸ ਤੋਂ ਬਾਅਦ ਆਪਣੇ ਮੋਦੀ ਜੀ ਆ 300 ਸਾਡਾ ਫੌਜੀ ਜਵਾਨ ਬਾਰਡਰਾਂ ਤੇ ਮਰ ਗਿਆ ਉਹ ਸ਼ਹੀਦ ਕਰਕੇ ਮੁੰਡੇ ਲਿਆ ਲਿਆ ਪਿੰਡਾਂ ਦੇ ਵਿੱਚ ਉਹਨਾਂ ਦੇ ਕਿਸੇ ਦਾ ਵਿਆਹ ਹੋਣਾ ਸੀ ਕਿਸੇ ਦਾ ਹੋਣ ਵਾਲਾ ਸੀ ਕਿਸੇ ਦੇ ਹਾਲੇ ਚੰਗ ਚੰਗ ਮੁੰਡੇ 300 ਮਾਰਤਾ ਇਹਨਾਂ ਨੇ ਮੋਦੀ ਨੇ ਸੋਚੋ ਇਸ ਗੱਲ ਨੂੰ ਕਦੀ ਉਹਨਾਂ ਦਾ ਹਾਲ ਚਾਲ ਪੁੱਛਿਆ ਕਿ ਮੋਦੀ ਨੇ ਉਹਨਾਂ ਦੇ ਕੀਰ ਨੇ ਉਹਨਾਂ ਦੇ ਸਾਫ਼ ਕੀਤੇ ਮੈਂ ਤਾਂ ਇਹੀ ਕਹੂੰਗਾ ਦੇਖੋ 250 ਬੰਦਾ ਜਿਹੜਾ ਰਾਮ ਰਹੀਮ ਦਾ ਸੀਗਾ ਜਮਾਨਤਾ ਕਰਕੇ ਬਾਹਰ ਆ ਗਿਆ ਇਹ ਸਾਰੀ ਕੈਪਟਨ ਦੀ ਪਾਲਿਸੀ ਆ ਕਿੱਦਾਂ ਬਾਹਰ ਆ ਗਿਆ 250 ਬੰਦਾ ਜਮਾਨਤਾ ਲੈ ਕੇ ਵੋਟਾਂ ਦੇ ਟਾਈਮ ਤੇ ਇਹ ਸਾਰਾ ਜਿੰਨਾ ਬੰਬ ਬਲਾਸਟ ਕੀਤਾ ਸੀ ਆਪਣੇ ਤਰਵਾਲੀ ਸਾਬੋ ਦੇ ਵਿੱਚ 7 ਬੱਚੇ ਮਾਰੇ ਆ ਕੈਪਟਨ ਸਾਹਿਬ ਤੁਸੀਂ ਉਹਦਾ ਹਿਸਾਬ ਦਿੱਤਾ ਉਹਦਾ ਤੁਸੀਂ ਕਮ ਸੇ ਕਮ ਉਹਦਾ ਕਿੱਥੇ ਗਿਆ ਕੇਸ ਜਦੋਂ ਜੱਸੀ ਦੇ ਉੱਪਰ ਜਾਂਦਾ ਕੇਸ ਉਹ ਇਹ ਦਬਾ ਦਿੰਦੇ ਆ ਠੀਕ ਹੈ ਜੀ ਠੀਕ ਹੈ ਮੈਂ
मैं थोड़े जज्बातों की कदर करदा, मैनू इत्थे सिर्फ एक निक्के जे वक्फे लई रुकना पै रहा, लेकिन मैं अपने दर्शकों को जरूर कहना चाहुंदा, तुसी अगर इस हेठ लिखे नंबर के उत्ते कॉल करके अपने विचार मेरे नाल रखना चाहुंदे हो तां इस हेठ लिखे नंबर के उत्ते कॉल कर सकते हो, या फिर तुसी मैनू मेल कर सकते हो harkirat@jasbroadcasting.com info@jasbroadcasting.com। पानी का घुट पी लो, मैं भी पी लैंदा, मिलदे हां ब्रेक तो बाद। ਸਾਡੇ ਨਾਲ ਫੋਨ ਲਾਈਨ 'ਤੇ ਕਾਫੀ ਸਾਰੇ ਦਰਸ਼ਕ ਜੁੜੇ ਹੋਏ ਹਨ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਲੈਂਦੇ ਅਸੀਂ ਆਪਣੇ ਦਰਸ਼ਕਾਂ ਦੀ ਕਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਵਾਲੀਆ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਧਾਲੀਵਾਲ ਬੋਲ ਰਿਹਾ ਸੈਨੋਜ਼ੇ ਤੋਂ। ਜੀ ਧਾਲੀਵਾਲ ਸਾਹਿਬ, ਠੀਕ ਹੋ? ਹਾਂਜੀ ਬਿਲਕੁਲ ਠੀਕ ਹਾਂ ਜੀ, ਤੁਸੀਂ ਸੁਣਾਓ? ਬਾਜੀ ਚੜ੍ਹਦੀ ਕਲਾ ਜੇ ਬਠਿੰਡੇ ਬਾਰੇ ਗੱਲ ਕਰਨੀ ਹੈ ਜੀ, ਬੇਅਦਬੀ ਤਾਂ ਬਾਦਲਾਂ ਨੇ ਵੀ ਕੀਤੀ ਹੈ ਤੇ ਕੈਪਟਨ ਸਾਹਿਬ ਨੇ ਵੀ ਗੁਟਕੇ ਦੀ ਸਹੁੰ ਖਾ ਕੇ ਕੀਤੀ ਹੈ, ਇੱਕ ਵਾਅਦਾ ਉਹਨਾਂ ਨੇ ਵੀ ਪੂਰਾ ਕੋਈ ਨਹੀਂ ਕੀਤਾ ਜੀ ਜੀ। ਔਰ ਇਹਨਾਂ ਕੋਲੇ ਪੈਸਾ ਵੀ ਬਹੁਤ ਹੈ, ਬਾਦਲਾਂ ਕੋਲੇ ਸਾਰੇ ਗੁਰਦੁਆਰਿਆਂ ਦੀ ਗੋਲਕਾਂ ਵੀ ਹੈਗੀਆਂ ਹੈ ਤੇ ਗੱਡੀਆਂ ਵੀ ਦਿੱਲੀ ਦੀਆਂ ਯੂਜ਼ ਹੋ ਰਹੀਆਂ ਜੀ, ਕੰਪੇਨ ਦੇ ਵਿੱਚ ਫੜੀਆਂ ਗਈਆਂ ਦੋ ਗੱਡੀਆਂ ਜੀ, ਔਰ ਪੈਸਾ ਵੀ ਲੌਂਗੋਵਾਲ ਸਾਹਿਬ ਨੇ ਤੁਹਾਨੂੰ ਪਤਾ 16,000 crore ਦਾ ਬਜਟ ਹੈ, 2-4,000 crore ਦੇ ਇਹਨਾਂ ਨੇ ਫੇਕ ਬਿੱਲ ਫਾਈਲ ਕਰਕੇ ਤੇ ਉਹ ਵੀ ਸੁਖਬੀਰ ਦੇ ਇੱਕ ਡਿਸਪੋਜ਼ਲ ਤੇ ਆ। ਸੁਖਪਾਲ ਖਹਿਰ ਦੀ ਮਦਦ ਕਰਨ ਸਾਰੇ, ਹੀ ਇਜ਼ ਦੀ ਰਾਈਟ ਪਰਸਨ, ਓਨੈਸਟ ਪਰਸਨ, ਔਰ ਸਾਡੀ ਰੈਪ੍ਰੈਜੈਂਟੇਸ਼ਨ ਪਾਰਲੀਮੈਂਟ ਦੇ ਵਿੱਚ ਪੜ੍ਹੇ ਲਿਖੇ ਬੰਦਿਆਂ ਦੀ ਹੋਣੀ ਚਾਹੀਦੀ ਆ, ਨਾ ਕਿ ਮੁਹੰਮਦ ਸਦੀਕ ਨੇ ਉੱਥੇ ਜਾ ਕੇ ਗਾਣੇ ਨਹੀਂ ਗਾਉਣੇ ਹੈ ਜੀ। ਪੜ੍ਹੇ ਲਿਖੇ ਬੰਦੇ ਤੁਸੀਂ ਪਿੱਕ ਕਰੋ, ਪੰਜਾਬ ਦੇ ਵੋਟਰਾਂ ਨੂੰ ਇਹ ਬੇਨਤੀ ਆ, ਪੰਜਾਬੀਆਂ ਨੂੰ ਬੇਨਤੀ ਆ, ਤੁਸੀਂ ਰਾਈਟ ਪਰਸਨ ਪਾਰਟੀ ਤੋਂ ਉੱਪਰ ਉੱਠ ਕੇ ਚੰਗੇ ਬੰਦੇ ਜਿਹੜੇ ਵੀ ਪਾਰਟੀ ਚ ਹੈਗੇ, ਭਾਵੇਂ ਉਹ ਅਕਾਲੀਆਂ ਚ ਹੈ, ਭਾਵੇਂ ਉਹ ਕਾਂਗਰਸ ਹੈ, ਭਾਵੇਂ ਉਹ PDA ਦੇ ਆ, ਕਿਉਂਕਿ ਅਕਾਲੀਆਂ ਨੂੰ ਤੇ ਕਾਂਗਰਸ ਨੂੰ ਬਹੁਤ ਸਮਾਂ ਦੇ ਦਿੱਤਾ, 70-72 ਸਾਲ, ਹੁਣ PDA ਵਾਲਿਆਂ ਨੂੰ ਵੀ ਦੇ ਕੇ ਤੁਸੀਂ ਦੇਖੋ, ਔਰ ਰਾਈਟ ਪਰਸਨ ਜਿਹੜੇ ਆ ਉੱਥੇ ਭੇਜੋ, ਤੁਹਾਡਾ ਉੱਥੇ ਰੈਪ੍ਰੈਜੈਂਟੇਸ਼ਨ ਹੋਵੇ, ਤੁਹਾਡੀ ਕੈਪੀਟਲ, ਤੁਹਾਡਾ SYL ਦਾ ਮੁੱਦਾ, ਤੁਹਾਡੇ ਪੰਜਾਬੀ ਸਪੀਕਿੰਗ ਏਰੀਆ ਜਿਹੜੇ ਰਹਿ ਗਏ ਆ, ਤੁਹਾਡੀ ਅਨਇੰਪਲਾਇਮੈਂਟ, ਤੁਹਾਡਾ ਡਰੱਗ ਦਾ ਮਸਲਾ, ਤੁਹਾਡਾ ਕਿਸਾਨਾਂ ਦਾ ਮਸਲਾ, ਟੀਚਰਾਂ ਦਾ ਮਸਲਾ, ਸਾਰੇ ਪਏ ਆ, ਇਹਨਾਂ ਨੇ ਕੁਛ ਨੀ ਕਰਨਾ। ਸੁਖਪਾਲ ਖਹਿਰੇ ਨੂੰ ਮੇਰੀ ਬੇਨਤੀ ਹੈ, NRI ਨੂੰ ਬੇਨਤੀ, ਉਹਨੂੰ ਫੰਡਸ ਵੀ ਦਿਓ, ਉਹਦੀ ਸਪੋਰਟ ਵੀ ਕਰਵਾਓ, ਔਰ ਉਹਨੂੰ ਜਿਤਾਓ। ਥੈਂਕ ਯੂ। ਥੈਂਕ ਯੂ ਧਾਲੀਵਾਲ ਸਾਹਿਬ, ਥੈਂਕ ਯੂ ਵੈਰੀ ਮੱਚ। ਅਤੇ ਸੁਖਪਾਲ ਖਹਿਰਾ ਦੀ ਹਿਮਾਇਤ ਕਰਦੇ ਹੋਏ ਸਾਡੇ ਦਰਸ਼ਕ ਨਜ਼ਰ ਆ ਰਹੇ ਹਨ। ਜੇਕਰ ਤੁਸੀਂ ਆਪਣੇ ਵਿਚਾਰ ਮੇਰੇ ਨਾਲ ਰੱਖਣਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰ ਦੇ ਉੱਤੇ ਮੈਨੂੰ ਕਾਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ harkirat@jasbroadcasting.com info@jasbroadcasting.com। ਸਮਾਂ ਹੈਗਾ ਇੱਕ ਨਿੱਕੇ ਜਿਹੇ ਵਕਫੇ ਦਾ, ਮਿਲਦੇ ਹਾਂ ਵਕਫੇ ਤੋਂ ਬਾਅਦ। ਅਤੇ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕਾਫੀ ਸਾਰੇ ਕਾਲਰ ਸਿਸਟਮ ਫੋਨ ਲਾਈਨ ਦੇ ਉੱਤੇ ਜੁੜੇ ਹੋਏ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਨੂੰ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਇਹ ਕਹਿਣਾ ਚਾਹੁੰਦਾ ਜੀ ਵੀ ਲੋਕਾਂ ਨੂੰ, ਇੰਡੀਆ ਦਿਆਂ ਨੂੰ ਜੀ, ਔਰ ਆਪਣੇ ਇੱਥੇ NRI ਵੀਰਾਂ ਨੂੰ ਜੀ, ਘੱਟ ਤੋਂ ਘੱਟ ਜਿਹੜਾ ਬੰਦਾ ਸੱਚਾ ਉਹਦੇ ਨਾਲ ਖੜੋ। ਜਿਹੜੇ ਪਹਿਲੇ ਕਾਲਰ ਬਾਈ ਜੀ ਨੇ ਗੱਲ ਕਹੀ ਆ ਜੀ, ਦੇਖੋ ਬਾਦਲ ਪਰਿਵਾਰ ਕੀ ਕਰ ਰਿਹਾ, ਕੈਪਟਨ ਕੀ ਕਰ ਰਿਹਾ ਜੀ। ਹੁਣ ਦੇਖੋ ਇੱਕ ਦੂਜੇ ਨੂੰ ਬੁਰਾ ਭਲਾ ਕਹਿੰਦੇ ਆ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦੇ ਬਾਰੇ। ਇਹਨਾਂ ਨੇ ਜਿਹੜਾ ਆਪਣਾ ਗੁਰੂ ਸਾਹਿਬ ਦਾ ਜਕਾਰਾ ਬੋਲੇ ਸੋ ਨਿਹਾਲ ਇੰਨਾ ਕੁ ਛੋਟਾ ਕਰਤਾ, ਅੱਜ ਸੁਖਬੀਰ ਬਾਦਲ ਕੈਪਟਨ ਨੂੰ ਵੱਧ ਘੱਟ ਕਹਿ ਰਿਹਾ, ਉਹ ਇੱਕ ਸਿੰਘ ਮੂਹਰੇ ਗੱਲ 'ਚ ਪਾਇਆ ਹੋਇਆ ਆਪਣਾ ਪਟਕਾ ਜੀ ਜੀ, ਤੇ ਬੋਲੇ ਸੋ ਨਿਹਾਲ ਇਹਨਾਂ ਨੇ ਏਰੀਏ ਜਕਾਰੇ ਇੰਨੇ ਛੋਟੇ ਕਰਤੇ। ਅਕਾਲ ਤਖ਼ਤ ਦਾ ਜਥੇਦਾਰ ਕਿੱਥੇ ਗਿਆ ਹੋਇਆ ਵੀ ਇਹੋ ਜਿਹੇ ਕੰਮਾਂ ਬਾਰੇ ਤਾਂ ਜਕਾਰਾ ਨਾਮ ਛੱਡਿਆ ਕਰੋ। ਅੱਛਾ, ਤੁਸੀਂ ਜਿਹਦੇ ਨਾਲ ਖਾਣਾ ਖਾਂਦੇ ਹੋ ਉਹ ਲੋਕ ਸੀਗੇ ਨਾਲ? ਸੁਖਬੀਰ ਬਾਦਲ ਬੋਲ ਰਿਹਾ ਸੀ ਤੇ ਉਹ ਆਪਣਾ ਸਿੰਘ ਮੂਹਰੇ ਖੜਾ ਜਕਾਰੇ ਲਾ ਰਿਹਾ ਸੀਗਾ, ਉਹ ਕੈਪਟਨ ਨੂੰ ਬੁਰਾ ਭਲਾ ਕਹਿ ਰਿਹਾ ਸੀਗਾ। ਠੀਕ, ਇਹ ਤੇ ਜੀ ਆਮ ਗੱਲ ਪੰਜਾਬ ਦੇ ਵਿੱਚ ਹੁਣ ਵੇਖਣ ਨੂੰ ਮਿਲਦੀ ਹੈ, ਪਰ ਮੈਨੂੰ ਲੱਗਦਾ ਕਿ ਹੁਣ ਜਿਹੜੇ ਹੈ ਕੌਮ ਦੇ ਨਾਂ ਤੇ ਜਿਹੜੇ ਹੁਣ ਵੋਟ ਜਿਹਨੂੰ ਬਟੋਰਦੇ ਸੀਗੇ ਉਹ ਹੁਣ ਹਿਮਾਇਤ ਜਿਹੜੀ ਉਹ ਖਤਮ ਹੋ ਗਈ। ਇੱਕ ਛੋਟੀ ਜੀ ਗੱਲ ਹੋਰ ਕਹਿਣੀ ਚਾਹੁੰਦਾ ਜੀ, ਖਹਿਰਾ ਸਾਹਿਬ ਦੀ ਤਨ ਮਨ ਧਨ ਨਾਲ ਤੇ ਖਡੂਰ ਸਾਹਿਬ ਸੀਟ ਤੋਂ, ਦੋਨਾਂ ਸੀਟਾਂ ਤੇ ਉਹ ਸੀਟ ਤੇ ਇੰਡੀਆ ਗਵਰਨਮੈਂਟ ਦੀਆਂ ਏਜੰਸੀਆਂ ਵੀ ਲੱਗੀਆਂ ਹੋਈਆਂ ਨੇ ਖਡੂਰ ਸਾਹਿਬ ਤੇ ਵੀ ਬੀਬੀ ਜਿੱਤ ਨਾ ਜਾਵੇ। ਹਾਂਜੀ, ਉਹ ਸੀਟ ਤੇ ਇੰਡੀਆ ਗਵਰਨਮੈਂਟ ਦਾ ਵੀ ਦਾਅ ਲੱਗਿਆ ਹੋਇਆ, ਪਰ ਸਿੱਖਾਂ ਨੂੰ ਮੇਰੇ ਖਿਆਲ ਮੁਤਾਬਕ ਨਿੱਤਰ ਕੇ ਉੱਥੋਂ ਉਹਨੂੰ ਬੀਬੀ ਨੂੰ ਜਿਤਾਉਣਾ ਚਾਹੀਦਾ, ਇਹਨਾਂ ਦੀ ਇੰਡੀਆ ਗਵਰਨਮੈਂਟ ਦੇ ਜਾਂ ਇਹਨਾਂ ਦੇ ਆ ਜਿਹੜੇ ਬਾਦਲ ਹੋਏ ਕੈਪਟਨ ਪਿੱਠੂ
ਚਲੋ 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 ਚਪੇੜ ਹੁਣ ਕੌਣ ਕਿਹਨੂੰ ਮਾਰੇਗਾ, ਅਤੇ ਖੈਰ 19 ਮਈ ਨੂੰ ਪਤਾ ਚੱਲੂਗਾ, ਔਰ ਜਦ 23 ਮਈ ਨੂੰ ਇਹਦੇ ਨਤੀਜੇ ਸਾਹਮਣੇ ਆਉਣਗੇ ਤਾਂ ਪੰਜਾਬ ਦੇ ਵਿੱਚ ਕਿਹੜੇ ਰੀਪ੍ਰਜੈਂਟੇਟਿਵ ਪਾਰਲੀਮੈਂਟ ਦੇ ਵਿੱਚ ਪਹੁੰਚਦੇ ਹਨ, ਇੱਕ ਇਹ ਵੱਡਾ ਸਵਾਲ ਜ਼ਰੂਰ ਬਣਿਆ ਹੋਇਆ। ਲੇਕਿਨ ਹਾਲ ਫਿਲਹਾਲ ਦੇ ਵਿੱਚ ਬਠਿੰਡੇ ਅਤੇ ਫਿਰੋਜ਼ਪੁਰ ਦੀ ਗੱਲ ਅੱਜ ਅਸੀਂ ਕੀਤੀ, ਅਤੇ ਜਾਣਕਾਰੀ ਤੁਹਾਨੂੰ ਦਿੱਤੀ ਕਿ ਕੌਣ ਕਿਹਦੇ ਉੱਤੇ ਹਾਵੀ ਹੋ ਰਿਹਾ ਔਰ ਕੌਣ ਕਿੱਥੋਂ ਜਿੱਤ ਸਕਦਾ, ਇਹ ਇੱਕ ਅੱਜ ਕਿਆਸ ਜਿਹੜੇ ਨੇ ਉਹ ਲਾਏ ਜਾ ਰਹੇ ਹਨ। ਲੇਕਿਨ ਮੈਂ ਤੁਹਾਨੂੰ ਜ਼ਰੂਰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਫੋਨ ਕਰੋ, ਆਪਣੇ ਪਿੰਡ ਦੇ ਵਿੱਚ ਫੋਨ ਕਰੋ, ਜੋ ਉੱਥੋਂ ਦੀ ਤੁਹਾਨੂੰ ਲੱਗਦਾ ਕਿ ਇਹ ਇੱਕ ਵਧੀਆ ਉਮੀਦਵਾਰ ਹੈ ਜਿਹੜੇ ਤੁਹਾਡੇ ਮੁੱਦਿਆਂ ਨੂੰ ਚੱਕੇਗਾ ਪਾਰਲੀਮੈਂਟ ਦੇ ਵਿੱਚ ਜਾ ਕੇ, ਔਰ ਜੇ ਤੁਹਾਨੂੰ ਲੱਗਦਾ ਕਿ ਹਾਂ ਵਾਕਈ ਹੀ ਇਹ ਵਚਨਬੰਦ ਹੈ ਤੁਹਾਡੇ ਡਿਸਟ੍ਰਿਕਟ ਦੇ ਲਈ, ਤਾਂ ਤੁਹਾਨੂੰ ਜ਼ਰੂਰ ਕਾਲ ਕਰਨੀ ਚਾਹੀਦੀ ਹੈ ਔਰ ਉਸ ਕੈਂਡੀਡੇਟ ਨੂੰ ਜਿਤਾਉਣ ਦੀ ਕਵਾਇਤ ਜਿਹੜੀ ਹੈ ਤੁਸੀਂ ਇੱਥੇ ਬੈਠ ਕੇ ਵੀ ਕਰ ਸਕਦੇ ਹੋ, ਔਰ ਆਪਣੇ ਵੋਟ ਦਾ ਭੁਗਤਾਨ ਤੁਸੀਂ ਇੱਥੇ ਹੀ ਕਰ ਸਕਦੇ ਹੋ ਜੇਕਰ ਤੁਸੀਂ ਰਾਈਟ ਕੈਂਡੀਡੇਟ ਨੂੰ ਪਾਰਲੀਮੈਂਟ ਦੇ ਵਿੱਚ ਪਹੁੰਚਾਉਣਾ ਚਾਹੁੰਦੇ ਹੋ। ਕਿਉਂਕਿ ਅਸੀਂ ਜ਼ਰੂਰ ਇਸ ਗੱਲ ਨੂੰ ਕਹਿੰਦੇ ਹਾਂ ਕਿ ਅਗਰ ਸਾਡੇ ਦਿਲ ਇੱਥੇ ਲੱਗੇ ਹੋਏ ਨੇ, ਅਗਰ ਸਾਡੇ ਮਨ ਇੱਥੇ ਲੱਗੇ ਹੋਏ ਨੇ, ਲੇਕਿਨ ਸਾਡੀ ਸੋਚ ਅੱਜ ਵੀ ਉੱਥੇ ਹੈਗੀ ਹੈ, ਸਾਡੇ ਦਿਲ ਵੀ ਕਦੀ ਕਵਾਰ ਉੱਥੇ ਪਹੁੰਚ ਜਾਂਦੇ ਹਨ, ਸਾਡੇ ਮਨ ਵੀ ਉੱਥੇ ਪਹੁੰਚ ਜਾਂਦੇ ਹਨ, ਲੇਕਿਨ ਸਿਰਫ ਇੱਕ ਫੋਨ ਕਾਲ ਤੁਸੀਂ ਕਰਨੀ ਹੈ ਆਪਣੇ ਰਿਲੇਟਿਵਸ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਔਰ ਜਿਤਾ ਸਕਦੇ ਹੋ ਪੰਜਾਬ ਦੇ ਵਿੱਚ ਉਸ ਉਮੀਦਵਾਰ ਨੂੰ ਜੋ ਕਿ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦਾ। ਫਿਲਹਾਲ ਅੱਜ ਇਸ ਮੰਚ ਦੇ ਉੱਤੇ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ, ਧੰਨਵਾਦ, ਸਤਿ ਸ੍ਰੀ ਅਕਾਲ।